ਆਓ ਨਾ ਹਿਲਾਵੈ ਬਲ, ਵਾਨ ਨਾ ਝੁਲਾਵੈ ਇੱਤੇ ਮਨ ਡਿਡਿਅਤ ਹੈ। ਸ਼ਿਰੋਮਣੀ ਬਾਗਨ ਬਗੀਚਨ ਬਨਨ ਬੀਚ, ਉਤੇ ਰਖਵਾਰੇ ਤਹਾਂ ਪੰਛੀ ਕੀ ਨਗਤ ਹੈ। ਚੜਿਤ ਦੁਖਾਰੇ ਹਨੁਮਾਨ ਕੇ ਉਖਾਰੇ, ਐਸੇ ਰੁਖ ਉਖਰਤ ਜੈਸੇ ਉਖ ਉਖਰਤ ਹੈ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ, ਆਪਨੇ ਸਰਵਣ ਕੀਤਾ ਸੀ ਜਦੋਂ ਹਨੂੰਮਾਨ ਅਸ਼ੋਕ ਵਾਟਿਕਾ ਨੂੰ ਉਜਾੜ ਦਿੰਦਾ ਹੈ। ਇੱਕ ਰਾਵਣ ਦਾ ਪੁੱਤਰ ਹੈ ਜਿਹੜਾ ਉਸ ਬਾਗ ਦੀ ਉਹਦੀ ਰਾਖੀ ਕਰਦਾ ਸੀ, ਮਤਲਬ ਕਹਿ ਲਓ ਕਿ ਪ੍ਰਧਾਨ ਆ, ਉਹਦੀ ਡਿਊਟੀ ਆ ਸਾਰੀ। ਹੋਰ ਵੀ ਬੜੇ ਰਾਕਸ਼ਸ ਸਨ ਅਤੇ ਉਹਨਾਂ ਸਾਰਿਆਂ ਦੇ ਉੱਤੇ ਸਰਮੌਰ ਸੀ ਇੱਕ ਰਾਵਣ ਦਾ ਬੇਟਾ, ਜਿਹਨੂੰ ਹਨੂੰਮਾਨ ਨੇ ਮਾਰ ਦਿੱਤਾ, ਖਤਮ ਕਰ ਦਿੱਤਾ। ਕਈਆਂ ਹੋਰਾਂ ਨੂੰ ਵੀ ਮਾਰਿਆ, ਮੁੱਢੋਂ ਪੁੱਟ ਪੁੱਟ ਕੇ ਰੁੱਖ ਸੁੱਟ ਦਿੱਤੇ, ਉਜਾੜ ਦਿੱਤੇ, ਫਲ ਝਾੜ ਦਿੱਤੇ, ਕੁਝ ਖਾ ਲੈ, ਇੱਕ ਬੰਨਿਓ ਤਹਿਸ ਨਹਿਸ ਕਰਦਾ ਚਲੇ ਗਿਆ। ਤੇ ਦੌੜ ਕੇ ਦੂਤ ਰਾਵਣ ਦਾ ਆਇਆ, ਉਹਨੇ ਆਖਿਆ ਹਰੇ ਹਰੇ ਆਇਓ ਪੇੜ ਹਰੇ ਹਰਾਏ, ਏਕ ਤਾਂ ਕੇ ਮਾਰਬੇ ਕੋ ਹਮ ਬੜੀ ਹਾਲ ਹੂਲ ਕੀ। ਮਹਾਰਾਜ ਪਹਿਲਾਂ ਤੇ ਹੌਲੀ ਹੌਲੀ ਆਇਆ, ਰੁੱਖ ਦੇ ਉੱਤੇ ਚੜ੍ਹਿਆ। ਅਸੀਂ ਆਖਿਆ ਕੋਈ ਵਾਨਰ ਆਇਆ ਚਲੇ ਜਾਏਗਾ, ਕੋਈ ਫਲ ਫੁਲ ਖਾ ਕੇ, ਬੜਾ ਉਹਨੂੰ ਡਰਾਇਆ ਭਜਾਇਆ, ਪਰ ਉਹ ਗਿਆ ਨਾ। ਫਿਰ ਉਹਨੇ ਇੰਨਾ ਜ਼ਿਆਦਾ ਉਪਦਰਵ ਮਚਾਇਆ, ਆਪਣੀ ਪੂਛ ਦੇ ਨਾਲ ਹੀ ਕਈਆਂ ਬੰਦਿਆਂ ਨੂੰ ਮਾਰ ਸੁੱਟਿਆ, ਮਾਰ ਮਾਰ ਕੇ। ਜਿਹੜਾ ਸਾਡਾ ਬਾਗ, ਜਿਹੜੇ ਬਾਗ ਦੇ ਅੱਗੇ ਇੰਦਰ ਦਾ ਨੰਦਨ ਬਾਗ ਵੀ ਫਿੱਕਾ ਪੈ ਜਾਂਦਾ ਸੀ, ਜਿਹਨੂੰ ਆਪ ਮੇਘਮਾਲੀ ਨੇ ਸਿੰਚਿਆ ਹੋਵੇ, ਉਹਨੂੰ ਉਹਨੇ ਨਿਰਮੂਲ ਕਰ ਦਿੱਤਾ, ਮੁੱਢਾਂ ਤੋਂ ਬਿਨਾਂ ਕਰ ਦਿੱਤਾ, ਪੁੱਟ ਪੁੱਟ ਸੁੱਟ ਦਿੱਤੇ ਸਾਰੇ ਰੁੱਖ। ਅਸੀਂ ਤੇ ਹੁਣ ਤੁਹਾਨੂੰ ਕੀ ਦੱਸੀਏ ਉਹਦੇ ਵਿੱਚ ਫਲਾਂ ਦੀ, ਤੇ ਗੱਲ ਕੀ ਦੱਸੀਏ ਫੁੱਲਾਂ ਦੀ, ਤੇ ਗੱਲ ਕੀ ਕਰੀਏ। ਇੱਕ ਪੱਤਾ ਵੀ ਨਹੀਂ ਉਹਨੇ ਹਰਿਆ ਛੱਡਿਆ ਉਹਦੇ ਵਿੱਚ, ਇੱਦਾਂ ਦਾ ਉਜਾੜ ਪਾਇਆ। ਜ਼ੋਰਾਵਰ ਧਰੇ ਰਾਵਣ ਨੂੰ ਬੜੇ ਦੁੱਖ ਨਾਲ, ਬੜੀ ਹੈਰਾਨਗੀ ਦੇ ਨਾਲ ਦੂਤ ਦੱਸਦਾ ਹੈ, ਕਹਿੰਦਾ ਮਹਾਰਾਜ ਜ਼ੋਰਾਵਰ ਧਰੇ ਪੇੜ ਖਰੇ ਹੀ ਸਬਰ ਗਾਢੇ। ਐਡੇ ਐਡੇ ਸਦੀਆਂ ਪੁਰਾਣੇ ਰੁੱਖ ਜਿਹੜੇ ਖਲੋਤੇ ਹੋਏ ਸਨ ਆਪਣੀ ਬੜੀ ਸ਼ਾਨ ਦੇ ਨਾਲ, ਬਿਟਪ ਅਬਰ ਬੜੇ ਬੜੇ ਬੋੜ ਦੇ ਰੁੱਖ ਪੁਰਾਣੇ, ਕਈ ਸਦੀਆਂ ਦੇ ਪੁਰਾਣੇ ਲੱਗੇ ਰੁੱਖ, ਅਬਰ ਦੇ ਅੰਬਰਾਂ ਨੂੰ ਛੂੰਹਦੇ ਹੋਏ ਰੁੱਖ,
ਐਦਾਂ ਦੇ ਰੁੱਖ ਜਿਹੜੇ ਜੱਫੇ ਦੇ ਵਿੱਚ ਨਹੀਂ ਸੀ ਆਉਂਦੇ, ਕੌਰੀ ਮੈਂ ਨਾ ਆਵੈਂ ਜਿਹਨੇ ਬਾਓ ਨਾ ਹਿਲਾਵੈਂ, ਜਿਨ੍ਹਾਂ ਨੂੰ ਕੋਈ ਹਵਾ ਝੱਖੜ ਹਨੇਰੀ ਕਦੇ ਨਹੀਂ ਸੀ ਪੁੱਟ ਸਕੀ, ਬੜੇ ਬੜੇ ਝੱਖੜ ਆਉਂਦੇ ਰਹਿ, ਅਤੇ ਸਮੁੰਦਰ ਦੇ ਕਿਨਾਰੇ ਤੁਹਾਨੂੰ ਪਤਾ ਝੱਖੜ ਹਨੇਰੀ ਜ਼ਿਆਦੇ ਆਉਂਦੇ ਆ। ਉਹ ਦੂਤ ਨੇ ਆਖਿਆ ਬੜੀਆਂ ਬੜੀਆਂ ਹਨੇਰੀਆਂ ਆਈਆਂ, ਬੜੇ ਝੱਖੜ ਆਏ, ਬੜੇ ਵਾਹ ਵਰੋਲੇ ਆਏ, ਬੜੇ ਤੂਫਾਨ ਆਏ। ਉਹ ਤੂਫਾਨਾਂ ਦੇ ਕੋਲੋਂ ਜਿਹੜੇ ਰੁੱਖ ਨਹੀਂ ਸੀ ਨਾ ਕਦੇ ਪੁੱਟੇ ਗਏ, ਜਿਨ੍ਹਾਂ ਰੁੱਖਾਂ ਨੂੰ ਕਦੇ ਤੂਫਾਨਾਂ ਨੇ ਨਹੀਂ ਸੀ ਹਿਲਾਇਆ, ਇੰਨਾ ਡੂੰਘਾ ਜਿਨ੍ਹਾਂ ਦਾ ਤਲਾ ਸੀ, ਜੜ੍ਹਾਂ ਸਨ ਗਈਆਂ ਹੋਈਆਂ ਜ਼ਮੀਨ ਵਿੱਚ ਪਤਾਲ ਦੇ ਅੰਦਰ। ਕੌਰੀ ਮੈਂ ਨਾ ਆਵੈਂ ਜਿਹਨੇ ਬਾਓ ਨਾ ਹਿਲਾਵੈਂ, ਬਲਵਾਨ ਨਾ ਚੁਲਾਵੈਂ, ਇੱਥੇ ਮਾਰ ਡਿੱਡੀ ਅਤ ਹੈ। ਇੰਨੇ ਦ੍ਰਿੜ ਰੁੱਖਾਂ ਨੂੰ ਉਹਨੇ ਪੁੱਟ ਪੁੱਟ ਸੁੱਟ ਦਿੱਤਾ, ਦੁਨੀਆਂ ਦਾ ਕੋਈ ਬਲਵਾਨ ਤੋਂ ਬਲਵਾਨ ਬੰਦਾ ਜਿਨ੍ਹਾਂ ਨੂੰ ਹਿਲਾ ਨਹੀਂ ਸੀ ਸਕਦਾ, ਜਿਹਦੀ ਤਾਕਤ ਨਹੀਂ ਸੀ ਕੋਈ ਵੀ ਉਹਨਾਂ ਰੁੱਖਾਂ ਦਾ ਟਾਹਣ ਵੀ ਫੜ ਕੇ ਤੋੜਦਾ, ਉਹ ਬਾਨਰ ਇੰਨਾ ਤਾਕਤਵਰ, ਇੰਨਾ ਜ਼ੋਰਾਵਰ, ਇੰਨਾ ਬਲਸ਼ਾਲੀ, ਉਹਨੇ ਮੁੱਢ ਤੋਂ ਮਹਾਰਾਜ ਉਹਨਾਂ ਰੁੱਖਾਂ ਨੂੰ ਪੁੱਟ ਦਿੱਤਾ। ਸ਼੍ਰੋਮਣੀ ਬਾਗਨ ਬਗੀਚਨ ਬਣਨ ਬੀਚ, ਜਿਹੜਾ ਸਾਡਾ ਅਸ਼ੋਕ ਵਾਟਕਾ ਦਾ ਬਾਗ, ਸਾਰੀ ਦੁਨੀਆਂ ਦੇ ਬਾਗਾਂ ਨਾਲੋਂ ਸ਼੍ਰੋਮਣੀ, ਸਭ ਦੁਨੀਆਂ ਦੇ ਇੰਦਰ ਦੇ ਨੰਦਨ ਬਣ ਤੋਂ ਜਿਹੜਾ ਵਧੀਆ ਬਾਗ, ਸਾਰੇ ਬਗੀਚਿਆਂ 'ਚੋਂ ਉੱਤਮ ਜਿਹੜਾ ਬਗੀਚਾ ਸੀ, ਸਾਰੇ ਉਹਦੇ ਬੂਟੇ ਪੁੱਟ ਦਿੱਤੇ, ਉਹਦੇ ਰਖਵਾਲੇ ਮਾਰ ਦਿੱਤੇ, ਜਿੱਥੇ ਪੰਛੀ ਤੱਕ ਦੀ ਗਤੀ ਨਹੀਂ ਸੀ ਉੱਥੇ ਵੀ ਪਹੁੰਚ ਗਿਆ, ਉਹਨਾਂ ਸਿਖਰਾਂ ਦੇ ਉੱਤੇ ਪਹੁੰਚ ਗਿਆ, ਰੁੱਖਾਂ 'ਤੇ ਚੜ੍ਹ ਗਿਆ। ਚੜ੍ਹਤ ਦੁਖਾਰੇ, ਜਿਨ੍ਹਾਂ ਦੇ ਉੱਤੇ ਚੜ੍ਹਨਾ ਬੜਾ ਦੁਸ਼ਕਰ ਸੀ, ਜਿਨ੍ਹਾਂ ਟਾਹਣੀਆਂ ਦੇ ਉੱਤੇ ਬੰਦੇ ਪਹੁੰਚ ਹੀ, ਬੰਦਿਆਂ ਦੀ ਛੱਡੋ ਗੱਲ, ਪੰਛੀ ਨਹੀਂ ਪਹੁੰਚ ਸਕਦੇ ਜਿੱਥੇ ਉੱਡ ਕੇ, ਉੱਥੋਂ ਤੱਕ ਉਹ ਵਾਨਰ ਚਲੇ ਗਿਆ। ਹਨੂੰਮਾਨ ਕੇ ਉਖਾਰੇ ਐਸੇ ਰੂਖ ਉਖਰਤ ਜੈਸੇ ਊਖ ਉਖਰਤ ਹੈ। ਊਖ ਦਾ ਮਤਲਬ ਹੁੰਦਾ ਗੰਨਾ। ਕਹਿੰਦੇ ਜਿੱਦਾਂ ਉਹਨੇ, ਜਿੱਦਾਂ ਕੋਈ ਗੰਨਿਆਂ ਨੂੰ ਫੜ ਫੜ ਕੇ ਮੁੱਢੋਂ ਪੁੱਟੀ ਜਾਂਦਾ ਨਾ, ਜਿੱਦਾਂ ਗੰਨਿਆਂ ਨੂੰ ਕਮਾਦ ਨੂੰ ਕੋਈ ਤੋੜ ਦਿੰਦਾ ਅਤੇ ਢੇਰ ਲਾ ਦਿੰਦਾ ਤੋੜ ਤੋੜ ਕੇ ਮੁੱਢੋਂ ਪੁੱਟ ਪੁੱਟ ਕੇ, ਐਦਾਂ ਗੰਨਿਆਂ ਦੇ ਵਾਂਗੂ ਉਹਨੇ ਫੜ ਫੜ ਕੇ ਰੁੱਖ ਜਿਹੜੇ ਸੀ ਪੁੱਟ ਪੁੱਟ ਕੇ ਇੱਕ ਬੰਨੇ ਢੇਰ ਲਾ ਤੇ, ਜੜ੍ਹਾਂ ਦੇ ਸਹਿਤ ਉਹਨੇ ਇੱਕ ਬੰਨੇ ਨਿਰਮੂਲ ਕਰ ਦਿੱਤਾ। ਮਹਾਰਾਜ ਬਾਗ ਸਾਰਾ ਵੇਖਿਆ ਨਹੀਂ ਜਾਂਦਾ, ਬਾਗ ਦੀ ਹਾਲਤ ਦੱਸੀ ਨਹੀਂ ਜਾਂਦੀ, ਵੇਖ ਕੇ ਰੋਣਾ ਆਉਂਦਾ, ਇੰਨਾ ਜ਼ਿਆਦਾ ਪਾਲਿਆ ਸਾਂਭਿਆ। ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਸੀ, ਜਿੱਥੇ ਕੋਇਲਾਂ ਗੀਤ ਗਾਉਂਦੀਆਂ ਸੀ, ਜਿੱਥੇ ਫੁੱਲਾਂ ਦੇ ਨਾਲ ਲੱਦੀਆਂ ਹੋਈਆਂ ਟਾਹਣੀਆਂ ਸੋਭਾ ਪਾਉਂਦੀਆਂ ਸਨ, ਇੰਨਾ ਸੰਘਣਾ ਬਾਗ, ਝਰਨੇ ਜਿਹੜੇ ਵਗਦੇ ਸਨ, ਸਰੋਵਰਾਂ 'ਤੇ ਕਮਲ ਫੁੱਲ ਖਿੜੇ ਸਨ, ਹੰਸ ਬੈਠੇ ਰਹਿੰਦੇ ਸਨ, ਉਸ ਬਾਗ ਦੇ ਵਿੱਚ ਹੁਣ ਜਾ ਕੇ ਤੇ ਮਨ ਦੁਖੀ ਹੋ ਜਾਏਗਾ, ਪਰੇਸ਼ਾਨ ਹੋ ਜਾਏਗਾ। ਜਿੱਥੇ ਜਾ ਕੇ ਕਦੇ ਮਨ ਨੂੰ ਸ਼ਾਂਤੀ ਆਰਾਮ ਮਿਲਦਾ ਸੀ। ਰੋ ਰੋ ਕੇ ਦੂਤ ਨੇ ਰਾਵਣ ਨੂੰ ਜਦੋਂ ਆਖਿਆ, ਰਾਵਣ ਨੇ ਇੱਦਾਂ ਵੇਖਿਆ ਧੌਣ ਘੁੰਮਾ ਕੇ ਆਪਣੇ ਮੁੰਡੇ ਵੱਲ, ਮੇਘਨਾਦ ਵੱਲ, ਜਿਹੜਾ ਲਾਗੇ ਹੀ ਉਹਦੇ ਬੈਠਾ ਸੀ, ਬੜਾ ਬਲੀ, ਇੰਦਰ ਨੂੰ ਜਿੱਤਣ ਵਾਲਾ,
ਜਿਹਨੇ ਬ੍ਰਹਮਾ ਤੋਂ ਵਰ ਲਏ ਸੀ, ਅਸਤਰ ਲਏ ਸੀ, ਬਚਨ ਲਏ ਸੀ, ਬੰਦਗੀ ਕਰ ਕਰ ਤਪ ਕਰ ਕਰਕੇ ਬ੍ਰਹਮਾ ਦੇ ਕੋਲੋਂ ਜਿਹਨੇ ਕਈ ਸ਼ਸਤਰ ਅਸ਼ਤਰ ਉਹਨੇ ਹਾਸਲ ਕੀਤੇ ਸਨ। ਰਾਵਣ ਨੇ ਇੱਦਾਂ ਫਿਰ ਆਪਣੇ ਮੁੰਡੇ ਮੇਘਨਾਦ ਨੂੰ ਆਖਿਆ, ਕਹਿੰਦਾ ਕੌਣ ਕਾਪੀ ਆਇਓ ਜਿਨਾ ਉਦਮ ਮਚਾਇਓ, ਐਸੋ ਜਾਏ ਮੇਘਨਾਦ ਜਿਨ ਮਾਰੋ ਬਾਂਧ ਲਿਆਇਓ। ਵੇਖੋ ਮੇਘਨਾਦ ਕਿਹੜਾ ਵਾਨਰ ਆ ਗਿਆ, ਸਾਡੀ ਲੰਕਾ 'ਚ ਕੌਣ ਆਣ ਕੇ ਵੜ ਗਿਆ ਜਿਹਨੇ ਇੰਨਾ ਆਣ ਕੇ ਉਦਮ ਮਚਾ ਦਿੱਤਾ, ਜਿਹਨੇ ਇੰਨਾ ਆਣ ਕੇ ਖਰੂਦ ਪਾ ਦਿੱਤਾ ਲੰਕਾ ਦੇ ਵਿੱਚ, ਜਾ ਜਾ ਕੇ ਮੇਘਨਾਦ ਉਹਨੂੰ ਮਾਰੀ ਨਾ, ਉਹਨੂੰ ਜਾਣ ਤੋਂ ਨਾ ਮੁਕਾਈ, ਉਹਨੂੰ ਬੰਨ ਕੇ ਲੈ ਕੇ ਆ ਮੇਰੇ ਸਾਹਮਣੇ ਇੱਕ ਵਾਰ ਪਕੜ ਕੇ ਕੈਦ ਕਰਕੇ, ਮੈਂ ਵੇਖਾਂ ਵੀ ਹੈ ਕੌਣ ਆ ਇੱਦਾਂ ਦਾ ਬਲਸ਼ਾਲੀ, ਮੈਂ ਉਹਨੂੰ ਵੇਖਾਂ, ਨਿਹਾਰਾਂ, ਉਹਦੇ ਨਾਲ ਗੱਲਬਾਤ ਕਰਾਂ। ਕਾਕੇ ਕਹੇ ਕਿਨੋ ਉਤਪਾਤ ਵਾਹਿ ਬੂਜੋ ਬਾਤ, ਤਾਂ ਤੇ ਇੱਕ ਬਾਰ ਵਾਹਿ ਮੋਹੇ ਦਿਖਰਾਇਓ। ਇੱਕ ਵਾਰ ਤੂੰ ਲਿਆ ਕੇ ਵਿਖਾ ਮੈਨੂੰ, ਮੈਂ ਉਹਨੂੰ ਪੁੱਛਾਂ ਵੀ ਤੈਨੂੰ ਘੱਲਿਆ ਕਿੰਨੇ ਆ, ਤੂੰ ਕਿਹਦੇ ਕਹਿਣ 'ਤੇ ਇੰਨਾ ਜ਼ਿਆਦਾ ਜਿਹੜਾ ਆ ਨੁਕਸਾਨ ਸਾਡਾ ਕੀਤਾ ਨਾ, ਇਹ ਕਿਹਦੇ ਕਹਿਣ 'ਤੇ ਕੀਤਾ। ਮੇਰੇ ਸਾਹਮਣੇ ਇੱਕ ਵਾਰ ਮੇਘਨਾਦ ਲੈ ਕੇ ਆ, ਔਰ ਜੋ ਕਦਾ ਚਕਾਊ ਦੇਵਤਾ ਕੋ ਹੋਏ ਛਲ, ਤੋ ਤਾਏ ਨੀਕੇ ਬ੍ਰਹਮ ਪਾਸ ਸੋਂਪ ਹਾਇਓ। ਜੇ ਤੈਨੂੰ ਲੱਗੇ ਵੀ ਕਿਸੇ ਦੇਵਤਾ ਨੇ ਇਹ ਛਲ ਕੀਤਾ, ਕਿਸੇ ਦੇਵਤੇ ਦਾ ਕੰਮ ਆ, ਅਤੇ ਜਿਹੜੀ ਤੇਰੇ ਕੋਲ ਬ੍ਰਹਮ ਫਾਂਸ ਆ ਨਾ, ਬ੍ਰਹਮੇ ਦਾ ਮੰਤਰ ਪੜ੍ਹ ਕੇ ਅਤੇ ਉਹ ਤੀਰ ਮਾਰਦਾ ਸੀ ਮੇਘਨਾਦ, ਜਿੱਡਾ ਮਰਜ਼ੀ ਕੋਈ ਬਲੀ ਹੋਵੇ ਅਤੇ ਉਹ ਰੱਸੀ ਉਹਨੂੰ ਕੈਦ ਕਰ ਲੈਂਦੀ ਸੀ, ਫਿਰ ਛੁੱਟਦਾ ਨਹੀਂ ਸੀ, ਉਹਦਾ ਨਾਮ ਬ੍ਰਹਮ ਫਾਂਸ ਸੀ। ਉਹਨੇ ਆਖਿਆ ਰਾਵਣ ਨੇ ਵੀ ਜੇ ਤੈਨੂੰ ਲੱਗੇ ਵੀ ਕਿਸੇ ਦੇਵਤੇ ਦਾ ਕੰਮ ਆ ਅਤੇ ਤੂੰ ਫਿਰ ਬ੍ਰਹਮ ਫਾਂਸ ਵਿੱਚ ਉਹਨੂੰ ਬੰਨ ਕੇ ਨਾ ਕੈਦ ਕਰਕੇ, ਉੱਦਾਂ ਨਹੀਂ ਫਿਰ ਦੇਵਤੇ ਨੇ ਕੈਦ ਹੋਣਾ, ਉਹਨੂੰ ਬ੍ਰਹਮ ਫਾਂਸ ਵਿੱਚ ਕੈਦ ਕਰ ਲਈ ਅਤੇ ਉਹਦੇ ਨਾਲ ਬੰਨ ਕੇ ਲੈ ਆਵੀਂ। ਮਾਰਿਓ ਜਿਹਨੇ ਅੱਚ ਮਤ ਵੈ ਬਲੀ ਹੋਏ ਤਾਂ ਸੋ ਸਾਵਧਾਨ ਵੈ ਕੇ ਬੇਟਾ ਜੀਤੇ ਕਰ ਆਇਓ। ਵੇਖੀ ਕਿਤੇ ਜੇ ਉਹੀ ਯੋਧਾ ਹੋਇਆ ਜਿਹਨੇ ਮੇਰੇ ਪੁੱਤਰ ਅੱਛ ਨੂੰ ਮਾਰਿਆ। ਦਸਮ ਗ੍ਰੰਥ ਵਿੱਚ ਵੀ ਅੱਛ ਦਾ ਜ਼ਿਕਰ ਆਇਆ, ਦਸਵੇਂ ਪਾਤਸ਼ਾਹ ਨੇ ਕੀਤਾ, ਜਿਹੜਾ ਹਨੂੰਮਾਨ ਨੇ ਰਾਵਣ ਦੇ ਪੁੱਤਰ ਅੱਛ ਨੂੰ ਮਾਰਿਆ। ਰਾਵਣ ਕਹਿਣ ਲੱਗਾ ਵੀ ਜੇ ਕਿਤੇ ਉਹੀ ਹੋਇਆ ਸੂਰਮਾ ਯੋਧਾ ਜਿਹਨੇ ਅੱਛ ਨੂੰ ਮਾਰਿਆ ਵਾ ਮੇਰੇ ਪੁੱਤਰ ਨੂੰ, ਤੇਰੇ ਭਰਾ ਨੂੰ, ਅਤੇ ਫਿਰ ਜਰਾ ਹਿਸਾਬ ਕਿਤਾਬ ਨਾ ਉਹਦੇ ਸਾਹਮਣੇ ਜਾਈ, ਉਹ ਬਲੀ ਬੜਾ ਜ਼ਿਆਦਾ, ਅਤੇ ਜਾ ਮੇਰਾ ਪੁੱਤ ਜਿੱਤ ਕੇ ਘਰ ਵਿੱਚ ਆਈ, ਵਿਜੇ ਹੋ ਕੇ ਵਾਪਸ ਆਈ, ਉਹਨੂੰ ਵਾਨਰ ਨੂੰ ਬੰਨ ਕੇ ਲਿਆ ਕੇ ਕੈਦ ਕਰਕੇ ਅਤੇ ਵਾਪਸ ਆਈ।
ਚਲੇ ਉਹ ਤਬ ਤਾਏ ਨਾਦ ਬਾਜੇ ਸੁਰ ਬਸਾਜੇ ਸਭ ਜਾਏ ਟਿਗ ਦੇਖਿਓ ਕਛੂ ਮੇਰੇ ਸੋ ਬਣਾਇਓ ਹੈ। ਮੇਘਨਾਦ ਚੱਲਿਆ ਬੜੇ ਵਾਜੇ ਗਾਜੇ ਵੱਜੇ ਨਗਾਰੇ ਤੇ ਚੋਟਾਂ ਵੱਜੀਆਂ ਆਪਣੇ ਜੋਧੇ ਨਾਲ ਲੈ ਆ ਅਤੇ ਮੇਘਨਾਦ ਬੜੀ ਤਿਆਰੀ ਦੇ ਨਾਲ ਬੜਾ ਯੋਧਾ ਸੀ ਬੜਾ ਸੂਰਮਾ ਸੀ ਬੜਾ ਨਿਰਭੈ ਸੀ ਬੜਾ ਬਹਾਦਰ ਸੀ ਮੇਘਨਾਦ। ਕਹਿੰਦੇ ਇੱਦਾਂ ਵਾਜੇ ਗਾਜੇ ਵੱਜੇ ਨਗਾਰੇ ਵੱਜੇ ਜਿਵੇਂ ਜੰਗ ਨੂੰ ਕੋਈ ਚੜ੍ਹਦਾ ਨਾ ਇਸੇ ਤਰੀਕੇ ਨਾਲ ਇਸੇ ਤਿਆਰੀ ਦੇ ਨਾਲ ਹੀ ਉਹ ਹਨੂੰਮਾਨ ਦੇ ਵੱਲ ਅਸ਼ੋਕ ਵਾਟਕਾ ਵਿੱਚ ਆਇਆ। ਜਦੋਂ ਉਹਨੇ ਆਣ ਕੇ ਵੇਖਿਆ ਹਨੂੰਮਾਨ ਦਾ ਸਰੀਰ ਏਡਾ ਵੱਡਾ ਉਹਨੇ ਬਣਾਇਆ ਹੋਇਆ ਸੀ ਜਿਵੇਂ ਕੋਈ ਸੁਮੇਰ ਪਰਬਤ ਹੁੰਦਾ ਜਿਵੇਂ ਕੋਈ ਪਹਾੜ ਹੁੰਦਾ ਬੜਾ ਜ਼ਿਆਦਾ ਦੀਰਘ ਉੱਚਾ ਲੰਮਾ। ਮੇਘਨਾਦ ਛੋਟਾ ਜਿਹਾ ਉਹਦੇ ਅੱਗੇ ਲੱਗੇ ਉਹ ਤੇ ਬਹੁਤ ਜ਼ਿਆਦਾ ਵੱਡਾ ਆਕਾਰ ਉਹਨੇ ਸਰੀਰ ਦਾ ਬਣਾਇਆ ਹੋਇਆ ਸੀ ਤਾਂ ਕਰਕੇ ਹੀ ਉਹਨੇ ਰੁੱਖਾਂ ਨੂੰ ਪੁੱਟਤਾ ਵੱਡੇ ਵੱਡੇ ਜਿਹੜੇ ਜਿਹੜੇ ਸਦੀਆਂ ਤੋਂ ਪੁਰਾਣੇ ਰੁੱਖ ਫੜ ਫੜ ਕੇ ਜਿਵੇਂ ਮੂਲੀਆਂ ਕੋਈ ਪੁੱਟਦਾ ਇੱਦਾਂ ਖੇਡ ਛੱਡੇ ਸਨ। ਮੇਘਨਾਦ ਆਣ ਕੇ ਜਦੋਂ ਵੇਖਣ ਲੱਗਾ ਦੋ ਕੁ ਘੜੀਆਂ ਕਹਿੰਦੇ ਜੰਗ ਹੋਇਆ ਹਨੂੰਮਾਨ ਦੇ ਨਾਲ ਦੋ ਕੁ ਘੜੀਆਂ ਉਹ ਲੜਦਾ ਰਿਹਾ। ਘਰੀ ਦੁਆ ਕੇ ਲਰੇ ਮਾਰੇ ਕੌਣ ਮਰੇ ਆਰ ਪਰੇ ਬ੍ਰਹਮ ਮੰਤਰ ਪੜ ਕੈ ਚਲਾਇਓ ਹੈ। ਹੁਣ ਮੇਘਨਾਥ ਦੇ ਮਾਰਿਆਂ 'ਤੇ ਉਹ ਮਰਨ ਹੀ ਨਹੀਂ ਸੀ ਲੱਗਾ। ਉਹ ਕੋਈ ਤੀਰ ਮਾਰੇ 'ਤੇ ਮਰੋੜਦਾ ਉਹ ਬਾਣ ਮਾਰੇ 'ਤੇ ਉਹ ਅੱਗੋਂ ਡੱਕ ਲੈ ਰੋਕ ਲੈ। ਜਦੋਂ ਉਹਦਾ ਕੋਈ ਮੇਘਨਾਥ ਦਾ ਜ਼ੋਰ ਨਾ ਚੱਲਿਆ ਵਸ ਨਾ ਚੱਲਿਆ ਉਹ ਜਿੱਤਿਆ ਨਾ ਜਾਏ ਫਿਰ ਉਹਨੇ ਮੰਤਰ ਪੜ੍ਹ ਕੇ ਨਾ ਬ੍ਰਹਮਾ ਦਾ ਜਿਹੜੀ ਉਹ ਬ੍ਰਹਮ ਫਾਂਸ ਸੀ ਉਹਨੂੰ ਹਨੂੰਮਾਨ ਦੇ ਉੱਤੇ ਚਲਾ ਦਿੱਤਾ ਉਹਨੂੰ ਛੱਡ ਦਿੱਤਾ। ਮਾਨੀ ਬ੍ਰਹਮਿਆਨ ਬੋਲੇ ਕਾਂ ਪਾਵੈ ਜਾਨ ਕਪ ਜੋ ਨਾ ਜਾਣੈ ਮੂੜ ਬਾਪ ਆਪ ਤੇ ਬੰਦਾਇਓ ਹੈ। ਬਾਪ ਮੈਨੇ ਹੁੰਦਾ ਸਰੀਰ ਜਦੋਂ ਉਹਨੇ ਬ੍ਰਹਮ ਫਾਂਸ ਦਾ ਤੀਰ ਛੱਡਿਆ ਉਹਦੇ ਵੱਲ ਚਲਾਈ ਹਨੂੰਮਾਨ ਨੇ ਬ੍ਰਹਮਾ ਦਾ ਆਦਰ ਕਰਦਿਆਂ ਹੋਇਆਂ ਬ੍ਰਹਮਾ ਦਾ ਸਤਿਕਾਰ ਕਰਦਿਆਂ ਹੋਇਆਂ ਹੱਥ ਜੋੜ ਲਏ ਅਤੇ ਆਪਣੇ ਆਪ ਨੂੰ ਆਪੇ ਹੀ ਬਣਾ ਲਿਆ ਉਹਦਾ ਮਾਣ ਰੱਖਿਆ ਬ੍ਰਹਮਾ ਜੀ ਦੇ ਨਾਮ ਦਾ ਕਿਉਂਕਿ ਬ੍ਰਹਮਾ ਦਾ ਮੰਤਰ ਪੜ੍ਹ ਕੇ ਜੋ ਉਹਨੇ ਚਲਾਇਆ ਸੀ ਅਤੇ ਫਿਰ ਬ੍ਰਹਮਾ ਜੀ ਦੇ ਤੀਰ ਨੂੰ ਬ੍ਰਹਮ ਫਾਂਸ ਨੂੰ ਅੱਗੋਂ ਵਿਰੋਧ ਨਹੀਂ ਕੀਤਾ ਹਨੂੰਮਾਨ ਨੇ ਸਿਰ ਝੁਕਾ ਕੇ ਉਹਨੂੰ ਕਬੂਲ ਕਰ ਲਿਆ ਸਵੀਕਾਰ ਕਰ ਲਿਆ। ਉਹਦੇ ਚਾਰ ਚੁਫੇਰੇ ਉਹ ਰੱਸੀ ਵਲੇਟੀ ਗਈ ਅਤੇ ਹਨੂੰਮਾਨ ਵਿੱਚ ਬੰਨਿਆ ਗਿਆ। ਮਾਨੀ ਬ੍ਰਹਮਿਆਨ ਬੋਲੇ ਕਹਾਂ ਪਾਵੇ ਜਾਨ ਕੱਪ ਅਤੇ ਮੇਘਨਾਦ ਬੜਾ ਹੰਕਾਰ ਨਾਲ ਬੜੇ ਕ੍ਰੋਧ ਨਾਲ ਬੜੇ ਵਿਉਂ 'ਚ ਕਹਿਣ ਲੱਗਾ ਓਏ ਵਾਨਰਾ ਹੁਣ ਦੱਸ ਕਿੱਥੇ ਭੱਜ ਕੇ ਜਾਏਗਾ ਹੁਣ ਦੱਸ ਕਿੱਥੇ ਦੌੜ ਕੇ ਜਾਏਗਾ। ਅਤੇ ਕਵੀ ਜੀ ਕਹਿੰਦੇ ਨੇ ਜਿਉਂ ਨਾ ਜਾਣੈ ਮੂੜ ਉਹ ਮੂਰਖ ਇਹ ਨਹੀਂ ਗੱਲ ਜਾਣਦਾ
ਵੀ ਹਨੂੰਮਾਨ ਨੂੰ ਤੂੰ ਨਹੀਂ ਬੰਨਿਆ, ਉਹਨੇ ਆਪਣੇ ਆਪ ਨੂੰ ਆਪ ਬਣਵਾਇਆ ਵਾ, ਆਪਣੇ ਆਪ ਨੂੰ ਆਪ ਉਹਨੇ ਕੈਦ ਕਰਵਾ ਲਿਆ। ਉਹ ਆਪ ਹੀ ਜਿਵੇਂ ਸਮਰਪਿਤ ਹੋ ਗਿਆ, ਸਰੈਂਡਰ ਹੋ ਗਿਆ, ਵਿਰੋਧ ਨਹੀਂ ਉਹਨੇ ਕੀਤਾ, ਅੱਗੋਂ ਲੜਿਆ ਨਹੀਂ, ਆਪ ਹੀ ਉਹ ਕੈਦ ਹੋ ਗਿਆ। ਮੇਘਨਾਦ ਨੇ ਨਹੀਂ ਉਹਨੂੰ ਕੈਦ ਕੀਤਾ ਜਾਂ ਬੰਨਿਆ। ਕਵੀ ਹਿਰਦਿਆ ਰਾਮ ਕਹਿੰਦੇ ਮੂਰਖ ਇਸ ਗੱਲ ਨੂੰ ਨਹੀਂ ਜਾਣਦਾ, ਜਾ ਕੋ ਫਲ ਅਗੇ ਘਰ ਲਾਗੇ ਜਾਨ ਜੈ ਹੈ ਸਭ ਬਾਂਧ ਹਨੂੰਮਾਨ ਕੋ ਸੋ ਮੇਘਨਾਦ ਲਿਆਇਓ ਹੈ। ਕਵੀ ਜੀ ਕਹਿੰਦੇ ਨੇ ਵੀ ਇਹਦਾ ਹੁਣ ਪਤਾ, ਇਹਦਾ ਹੁਣ ਫਲ ਇਸ ਗੱਲ ਦਾ, ਹਨੂੰਮਾਨ ਨੂੰ ਬੰਨਣ ਦਾ ਜਿਹੜਾ ਪ੍ਰਣਾਮ ਆ ਨਾ, ਹੁਣ ਅੱਗੇ ਜਾ ਕੇ ਇਹਨਾਂ ਨੂੰ ਪਤਾ ਲੱਗਣਾ ਵੀ ਅਸੀਂ ਬੰਨ ਕੇ ਗਲਤੀ ਕੀਤੀ ਹੈ ਜਾਂ ਚੰਗਾ ਕੀਤਾ। ਜਦੋਂ ਹਨੂੰਮਾਨ ਨੇ ਲੰਕਾ ਨੂੰ ਅੱਗ ਲਾਈ, ਪਤਾ ਤੇ ਇਹਨਾਂ ਨੂੰ ਫਿਰ ਲੱਗਣਾ ਵੀ ਅਸੀਂ ਬੰਨ ਕੇ ਲੈ ਕੇ ਆਉਂਦਾ ਹੈ। ਕਹਿੰਦੇ ਫਿਰ ਜਦੋਂ ਮੇਘਨਾਦ ਵਾਜੇ ਵਜਾਉਂਦਾ, ਨਗਾਰੇ ਵਜਾਉਂਦਾ, ਲੰਕਾ 'ਚ ਅੰਦਰ ਦਾਖਲ ਹੋਇਆ ਮਹਿਲ ਵਿੱਚ, ਵੀ ਮੈਂ ਇਸ ਵਾਨਰ ਨੂੰ ਬੰਨ ਲਿਆ ਹਾਂ ਜਿਹਨੇ ਸਾਡੇ ਭਰਾ ਨੂੰ ਮਾਰਿਆ ਸੀ, ਮੈਂ ਕੈਦ ਕਰਕੇ ਲੈ ਆਇਆ, ਜਿਹਨੇ ਸਾਡੇ ਬਾਗ ਨੂੰ ਉਜਾੜਿਆ ਸੀ ਉਹਨੂੰ ਬ੍ਰਹਮ ਫਾਂਸ ਵਿੱਚ ਮੈਂ ਪਕੜ ਕੇ ਜਕੜ ਕੇ ਲੈ ਕੇ ਆਉਂਦਾ। ਜਦੋਂ ਫਿਰ ਲੈ ਕੇ ਆਇਆ, ਪੁਰ ਜਨ ਸੁਰ ਗਨ ਮਨ ਅਰਖ ਦੇਖ ਅਨੂ ਮੁਸਕਾਏ, ਇਹ ਬਿਦ ਬਾਂਧੇ ਕਪ ਸਹਿਤ ਰਾਵਣ ਕੀ ਟਿਗ ਜਾਹੇ। ਜਿੰਨੇ ਲੋਕ ਨੇ ਨਾ ਲੰਕਾ ਦੇ ਉਹ ਹੱਸਦੇ ਆ, ਦੇਵਤੇ ਵੀ ਹੱਸਦੇ ਆ, ਲੰਕਾ ਦੇ ਲੋਕ ਤੇ ਤਾਂ ਹੱਸਦੇ ਨੇ ਵੀ ਜਿਹਨੇ ਸਾਡਾ ਬਾਗ ਉਜਾੜਿਆ ਉਹ ਪਕੜਿਆ ਗਿਆ, ਕੈਦ ਹੋ ਗਿਆ। ਦੇਵਤੇ ਤਾਂ ਹੱਸਦੇ ਨੇ ਵੀ ਹਨੂੰਮਾਨ ਨੂੰ ਇਹਨਾਂ ਨੇ ਬੰਨ ਲਿਆ ਤੇ ਇਹਨੇ ਗੁੱਸੇ 'ਚ ਆ ਕੇ ਰਾਵਣ ਨੂੰ ਮਾਰ ਦੇਣਾ, ਇਹਦੀ ਤਾਕਤ ਨੂੰ ਨਹੀਂ ਇਹ ਜਾਣਦੇ। ਦੇਵਤੇ ਤਾਂ ਖੁਸ਼ ਹੁੰਦੇ ਨੇ। ਇੱਦਾਂ ਕਹਿੰਦੇ, ਇਹ ਬਿਦ ਬੰਨਦੇ ਕਪ ਸਹਿਤ ਰਾਵਣ ਕੀ ਟਿਗ ਜਾਹੇ। ਟਿਗ ਹੁੰਦਾ ਕੋਲ, ਰਾਵਣ ਦੇ ਕੋਲ ਲੈ ਕੇ ਹਨੂੰਮਾਨ ਨੂੰ ਆ ਗਿਆ ਮੇਘਨਾਦ। ਗੜ ਲੰਕਾ ਸਿਰ ਮੋਰ ਦੇਖ ਨੂੰ ਤਨ ਜਾਂ ਕਹੈ, ਪਹ ਚਿੰਤਾ ਕੀ ਠੌਰ ਮਨ ਜਾਣੈ ਮੁਖ ਤੇ ਅਸੈ। ਵੇਂਦਾ ਵਾ ਚਾਰ ਚੁਪੇਰੇ ਹਨੂੰਮਾਨ, ਲੰਕਾ ਦਾ ਕਿਲ੍ਹਾ ਬੜਾ ਵੱਡਾ, ਸਾਰੇ ਕਿਲਿਆਂ ਦੇ ਸਾਰੇ ਰਾਜਾਂ ਦੇ ਸਿਰਮੌਰ ਹੈ ਲੰਕਾ ਦੀ ਰਾਜਧਾਨੀ। ਦੇਖ ਕੇ ਹਨੂੰਮਾਨ ਆਖਣ ਲੱਗਾ, ਉਹਦੇ ਮਨ ਦੇ ਵਿੱਚ ਚਿੰਤਾ ਵੀ ਜਾਗੀ ਕਿ ਭਗਵਾਨ ਰਾਮ ਚੰਦਰ ਦੀ ਇੱਜ਼ਤ ਰੱਖਣ ਦਾ ਇਹ ਸਮਾਂ ਆ, ਆ ਵੇਲਾ ਵਾ, ਕਿਉਂਕਿ ਮੈਨੂੰ ਭਗਵਾਨ ਨੇ ਭੇਜਿਆ। ਪਰ ਉਹ ਹੱਸਦਾ ਵਾ ਕਿ ਲੋਕਾਂ ਨੂੰ ਉਹਦੀ ਚਿੰਤਾ ਦਾ ਪਤਾ ਨਾ ਲੱਗੇ, ਉਹਦੇ ਮਨ ਦੇ ਵਿੱਚ ਜਿਹੜਾ ਫਿਕਰ ਆ ਕੋਈ ਸਮਝ ਨਾ ਲਵੇ, ਇਸ ਕਰਕੇ ਉਹ ਮਨ ਦੇ ਫਿਕਰ ਨੂੰ ਹੱਸ ਕੇ ਟਾਲਦਾ ਪਿਆ। ਕੌਣ ਹੈ ਰੇ ਕਪੀ ਹੋਰੇ ਕੌਣ
ਕੌਣ ਕਪ ਹਨੂਮਾਨ ਕਾ ਕੋ ਸੁਤ ਨੀਕੇ ਬੂਝ ਅੰਜਨੀ ਕੋ ਪੂਤ ਸਵਾਲ ਜਵਾਬ ਹੋਣ ਲੱਗੇ। ਹਨੂਮਾਨ ਨੂੰ ਕਹਿੰਦਾ ਰਾਵਣ ਕੌਣ ਹੈ ਰੇ ਕੌਣ ਆ ਤੂੰ? ਉਹ ਕਹਿੰਦਾ ਕਪੀ ਮੈਂ ਵਾਨਰ ਹਾਂ। ਕੌਣ ਹੈ ਰੇ ਕਪੀ? ਉਹ ਕਹਿੰਦਾ ਅੱਗੋਂ ਕਪੀ ਮੈਂ ਵਾਨਰ ਹਾਂ। ਹਾਂ ਰੇ ਕੌਣ ਕਪੀ? ਕਿਹੜਾ ਕਪੀ ਆ ਤੂੰ, ਕਿਹੜਾ ਵਾਨਰ ਆ ਤੂੰ? ਵਾਨਰ ਤੇ ਬੜੇ ਹੁੰਦੇ ਨੇ ਪਰ ਤੂੰ ਕੌਣ ਆ, ਤੇਰਾ ਨਾਮ ਕੀ ਹੈ? ਕਹਿੰਦਾ ਹਨੂਮਾਨ ਮੇਰਾ ਨਾਮ ਹਨੂਮਾਨ ਆ। ਕਹਿੰਦਾ ਕਾਕੋ ਸੁੱਤ ਕਿਸ ਦਾ ਤੂੰ ਪੁੱਤਰ ਹੈ, ਕਿਸ ਦਾ ਤੂੰ ਬੇਟਾ ਹੈ? ਨੀਕੇ ਬੂਝ ਅੰਜਨੀ ਕੋ ਪੂਤ ਹਾਂ। ਉਹ ਕਹਿੰਦਾ ਮੈਂ ਅੰਜਨੀ ਦਾ ਪੁੱਤਰ ਹਾਂ, ਮੇਰੀ ਮਾਂ ਦਾ ਨਾਮ ਅੰਜਨੀ ਹੈ। ਕੌਣ ਕਾਜ ਬਾਗ ਤੋਰ ਡਾਰਿਓ ਸੁੱਤ ਮਾਰਿਓ? ਹਨੂਮਾਨ ਤੂੰ ਮੇਰੇ ਬਾਗ ਨੂੰ ਕਿਉਂ ਉਜਾੜਿਆ, ਤੂੰ ਮੇਰੇ ਪੁੱਤਰ ਨੂੰ ਕਿਉਂ ਮਾਰਿਆ? ਭੁੱਖ ਲਾਗੇ ਤੋਰਿਓ ਅਰ ਮਾਰਬੇ ਕੋ ਭੂਤ ਹੋ? ਕਹਿੰਦਾ ਮੈਨੂੰ ਭੁੱਖ ਲੱਗੀ ਸੀ ਅਤੇ ਮੈਂ ਫਲ ਫੁੱਲ ਖਾਣ ਵਾਸਤੇ ਗਿਆ ਅਤੇ ਇੱਦਾਂ ਹੀ ਫਲ ਤੋੜਦਿਆਂ ਤਾੜਦਿਆਂ ਤੇਰਾ ਬਾਗ ਜਿਹੜਾ ਟੁੱਟ ਗਿਆ, ਅਤੇ ਜਿਹੜਾ ਤੂੰ ਕਹਿੰਦਾ ਵਾ ਮੇਰੇ ਪੁੱਤਰ ਨੂੰ ਕਿਉਂ ਮਾਰਿਆ, ਇਹ ਤਾਂ ਸਾਡਾ ਸੁਭਾਅ ਆ, ਇਹ ਤਾਂ ਸਾਡੀ ਬਾਣ ਆ। ਰਾਵਣ ਨੂੰ ਅੱਗੋਂ ਜਵਾਬ ਦਿੰਦਾ ਮਾਰਨਾ ਮਰਾਉਣਾ ਤੇ ਯੋਧਿਆਂ ਦਾ ਧਰਮ ਹੁੰਦਾ। ਮੇਰੇ ਅੱਗੋਂ ਸੂਰ ਹੈ ਕਹਾਵਤ ਕਹਾਉਂ ਕਿਉਂ ਨਾ, ਦੋਸੇ ਗਿਰ ਤੋਰ ਬੇ ਕੋ ਬੱਜਰ ਪਰਹੂਤ। ਮੇਰੇ ਅੱਗੇ ਸੂਰਮਾ ਬਣਦਾ, ਮੇਰੇ ਅੱਗੇ ਯੋਧਾ ਬਣਦਾ, ਮੇਰੇ ਅੱਗੇ ਸੂਰ ਹੈ? ਤੇ ਹਨੂਮਾਨ ਕਹਿੰਦਾ ਕਹਾਵਤ ਹਾਂ ਕਹਾਉਂ ਕਿਉਂ ਨਾ, ਮੈਂ ਕਿਉਂ ਨਾ ਯੋਧਾ ਕਹਾਵਾਂ, ਕਿਉਂ ਨਾ ਸੂਰਮਾ ਆਪਣੇ ਆਪ ਨੂੰ ਮੰਨਾਂ ਤੇਰੇ ਵਰਗੇ ਪਹਾੜਾਂ ਨੂੰ, ਤੇਰੇ ਵਰਗੇ ਗਿਰਾਂ ਨੂੰ ਤੋੜਨ ਦੇ ਵਾਸਤੇ ਮੇਰੇ ਵਿੱਚ ਜਿਹੜਾ ਬਲ ਆ ਨਾ ਤਾਕਤ ਆ, ਜਾਂ ਮੈਨੂੰ ਤੂੰ ਸਮਝ ਇੰਦਰ ਦੇ ਵਜਰ ਦੇ ਵਾਂਗੂੰ, ਤੇਰੇ ਵਰਗੇ ਪਹਾੜਾਂ ਨੂੰ ਮੈਂ ਤੋੜ ਸਿੱਟਦਾ, ਛਿਨ ਛਿਨ ਕਰ ਦੇਣਾ, ਟੁਕੜੇ ਟੁਕੜੇ ਕਰ ਦੇਣਾ। ਕਿਉਂ ਹੈ ਲੰਕੇ ਆਇਓ, ਲੰਕਾ ਵਿੱਚ ਕਿਉਂ ਆਇਆ ਤੂੰ? ਰਾਵਣ ਕਹਿੰਦਾ ਕਿਉਂ ਹੈ ਲੰਕੇ ਆਇਓ, ਲੰਕਾ ਵਿੱਚ ਕਿਹੜੀ ਗੱਲੋਂ ਆਇਆ? ਰਘੂ ਬੀਰ ਹੋ ਪਠਾਇਓ, ਮੈਨੂੰ ਭਗਵਾਨ ਰਾਮ ਚੰਦਰ ਨੇ ਭੇਜਿਆ। ਹਨੂਮਾਨ ਜਵਾਬ ਦਿੰਦਾ ਕਸ਼ ਲਾਗਤ ਹੈ, ਤੇਰਾ ਕੀ ਲੱਗਦਾ ਉਹ ਰਾਮ ਚੰਦਰ, ਰਾਮ ਚੰਦਰ ਨਾਲ ਤੇਰਾ ਕੀ ਸੰਬੰਧ ਆ, ਤੂੰ ਕੌਣ ਆ ਉਹਨਾਂ ਦਾ? ਕਹਿੰਦਾ ਸੇਵਕ ਹਾਂ ਇੱਕ ਤਾਂ ਮੈਂ ਉਹਨਾਂ ਦਾ ਸੇਵਕ ਹਾਂ, ਅਤੇ ਦੂਜਾ ਦੂਤਨ ਕੋ ਦੂਤ ਹਾਂ, ਐਸ ਵੇਲੇ ਮੈਂ ਉਹਨਾਂ ਦਾ ਦੂਤ ਬਣ ਕੇ ਆਇਆ, ਇੱਕ ਦੂਤ ਦੀ ਨਿਆਈ ਉਹਨਾਂ ਦਾ ਸੁਨੇਹਾ ਲੈ ਕੇ ਮੈਂ ਆਇਆ, ਸੀਤਾ ਦੀ ਖਬਰ ਲੈਣ ਵਾਸਤੇ ਆਇਆ। ਰਾਵਣ ਅੱਗੋਂ ਕਹਿਣ ਲੱਗਾ ਉਹ ਹਨੂਮਾਨ ਜੇ ਤੂੰ ਚੁੱਪ ਕਰਕੇ ਆਇਆ ਸੈਂ, ਤੈਨੂੰ ਸੀਤਾ ਦਾ ਪਤਾ ਵੀ ਲੱਗ ਗਿਆ ਸੀ, ਅਤੇ ਸੀਤਾ ਨੂੰ ਲੈ ਜਾਂਦੋ ਅਤੇ ਅੱਜ ਤੈਨੂੰ ਆਹ ਦਿਨ ਜਾਂ ਦੁੱਖ ਨਾ ਵੇਖਣੇ ਪੈਂਦੇ, ਕੈਦ ਨਾ ਝੱਲਣੀ ਪੈਂਦੀ। ਹੁਣ ਤੈਨੂੰ ਬੱਧਾ ਹੋਇਆ ਵਾ, ਰੱਸੀਆਂ ਦੇ ਵਿੱਚ ਜਕੜਿਆ ਹੋਇਆ ਵਾ,
ਜਾਨਕੀ ਲੈ ਜਾਤੋ ਤੋ ਤੈਨਕ ਨਾ ਸੰਕਾਤੋ ਮੂੜ ਆਪਣੋ ਆਪ ਤਨ ਆਕਾਏ ਕੋ ਬੰਧਾਵਤੋ। ਆਪਣਾ ਆਪ ਤੂੰ ਹੁਣ ਬਣਾ ਲਿਆ, ਕੈਦ ਹੋ ਗਿਆ, ਉਹ ਤੈਨੂੰ ਸਮਝ ਨਾ ਆਈ। ਕੈਸੇ ਮੇਘ ਨਾ ਦੇ ਆਦ ਜੀ ਸੋ ਚਾੜ ਦੇ ਤੋਰ ਲਰਬੇ ਕੋ ਤੋ ਸੋ ਸੂਰ ਆਜ ਕਾਂ ਪਾਵ ਤੋ। ਹੁਣ ਤੂੰ ਮੇਘਨਾਦ ਦੇ ਹੱਥ ਵਿੱਚ ਆ ਗਿਆ, ਕੈਦ ਹੋ ਗਿਆ, ਤੇ ਜੇ ਚਲਿਆ ਜਾਂਦਾ ਤੇ ਫਿਰ ਮੇਘਨਾਦ ਤੈਨੂੰ ਨਾ ਪਕੜਦਾ ਨਾ ਕੈਦ ਕਰਦਾ, ਤੇ ਹੁਣ ਤੈਨੂੰ ਮੇਘਨਾਦ ਨੇ ਕਿੱਥੇ ਛੱਡਣਾ। ਕੈਸੇ ਮੇਘਨਾਦ ਆਦ ਜੀਸੋ ਛਾਡ ਦੇ ਤੋ ਅਰ ਲਰਬੇ ਕੋ ਤੋ ਸੋ ਸੂਰ ਆਜ ਕਹਾਂ ਪਾਵ ਤੋ। ਉਹ ਕਹਿੰਦਾ ਤੇਰੀ ਬੀਸ ਬਾਨ ਕੀ ਹੌਸਨਾ ਰਹਿਣ ਦੇ ਤੋ ਨੈਕ ਰਾਮ ਚੰਦ ਜੀ ਕੋ ਆਇਸ ਜੋ ਪਾਵ ਤੋ। ਹਨੂਮਾਨ ਕਹਿੰਦਾ ਮੈਨੂੰ ਤੂੰ ਬੰਨਿਆ ਨਾ, ਵੇਖ ਵੀ ਰੱਸੀਆਂ 'ਚ ਬੰਨਿਆ ਜਾਂ ਮੈਂ ਕੈਦ ਹੋਇਆ ਵਾਂ, ਤੇਰੀਆਂ ਇਹਨਾਂ ਵੀਹਾਂ ਬਾਹਾਂ ਦੀ ਮੈਂ ਹੌਂਸ ਨਾ ਮੰਨਦਾ। ਜੇ ਕਿਤੇ ਮੈਨੂੰ ਭਗਵਾਨ ਰਾਮ ਚੰਦਰ ਦੀ ਆਗਿਆ ਹੁੰਦੀ, ਜੇ ਕਿਤੇ ਉਹਨਾਂ ਦਾ ਹੁਕਮ ਹੁੰਦਾ, ਤੇ ਇਹ ਤੇਰੀਆਂ 20 ਬਾਹਾਂ ਮੈਂ ਖਲਾਰ ਦਿੰਦਾ, ਤੋੜ ਦਿੰਦਾ, ਤੈਨੂੰ ਫਿਰ ਮੈਂ ਦੱਸ ਦਿੰਦਾ। ਕਾਸੋ ਕਉ ਜਾਏ ਜੈਸੀ ਮਨ ਕੀ ਸਹਾਏ, ਹਾਏ ਹਾਏ ਨੀ ਕੋ ਰਨ ਕੌਤਕ ਦਿਖਾਵ ਤੋ। ਜੇ ਕਿਤੇ ਮੈਂ ਲੜਨ ਵਾਸਤੇ ਆਇਆ ਹੁੰਦਾ ਨਾ, ਤੇ ਫਿਰ ਤੈਨੂੰ ਮੈਂ ਆਪਣਾ ਕੌਤਕ ਵਿਖਾਉਂਦਾ, ਫਿਰ ਤੈਨੂੰ ਮੈਂ ਜੰਗ ਦੇ ਮੈਦਾਨ 'ਚ ਦੋ ਦੋ ਹੱਥ ਵਿਖਾਉਂਦਾ, ਫਿਰ ਤੈਨੂੰ ਮੈਂ ਵਿਖਾਉਂਦਾ ਵੀ ਲੜੀ ਦਾ ਕਿੱਦਾਂ, ਯੋਧਾ ਕਿਹਨੂੰ ਆਖੀਦਾ, ਤੇ ਕਿਵੇਂ ਸੂਰਬੀਰ ਕਿੱਦਾਂ ਦੇ ਹੁੰਦੇ ਨੇ। ਫਿਰ ਤੈਨੂੰ ਰਾਵਣ ਪਤਾ ਲੱਗਦਾ ਮੈਂ ਤਾਂ ਆਇਆ ਹੀ ਦੂਤ ਬਣ ਕੇ ਹਾਂ, ਮੈਂ ਤਾਂ ਆਇਆ ਹੀ ਭਗਵਾਨ ਰਾਮ ਦਾ ਭੇਜਿਆ, ਮੈਨੂੰ ਤਾਂ ਉਹਨਾਂ ਨੇ ਹੁਕਮ ਹੀ ਨਹੀਂ ਕੀਤਾ ਲੜਨ ਦਾ, ਜੰਗ ਕਰਨ ਦਾ, ਅਤੇ ਜੇ ਕਦੇ ਹੁਕਮ ਹੁੰਦਾ ਤਾਂ ਫਿਰ ਤੈਨੂੰ ਪਤਾ ਲੱਗ ਜਾਂਦਾ। ਬੜੋ ਬਾਕ ਚਾਲ ਜਾਏ ਸੂਜਤ ਨਾ ਕਾਲ ਨੇ, ਜੇ ਕਹੋ ਤੋ ਵਿਚਾਰ ਕਵੀ ਕੌਣ ਭਾਂਤ ਮਾਰੀਏ। ਰਾਵਣ ਨੇ ਆਖਿਆ ਬੜਾ ਜ਼ਬਾਨ ਤਰਾਸ਼ ਆ ਵਾਨਰ, ਬੜੀਆਂ ਗੱਲਾਂ ਕਰਦਾ, ਬੜੋ ਬਾਕ ਚਾਲ, ਇਹਨੂੰ ਆਪਣੀ ਮੌਤ ਨਹੀਂ ਸੁੱਝਦੀ ਪਈ, ਸਾਹਮਣੇ ਬੈਠਾ ਚਾਰ ਚੁਫੇਰੇ ਇਹਦੇ ਯੋਧੇ ਨੇ, ਸਾਡੀ ਕੈਦ ਵਿੱਚ ਹੈ, ਲੰਕਾ ਦੇ ਵਿਚਕਾਰ ਇਹਨੂੰ ਖਲਾਰਿਆ ਹੋਇਆ, ਇਹਨੂੰ ਆਪਣੀ ਮੌਤ ਨਹੀਂ ਦਿਸਦੀ ਪਈ। ਵੇਖੋ ਅਜੇ ਵੀ ਗੱਲਾਂ ਕਰੀ ਜਾਂਦਾ, ਅਜੇ ਵੀ ਬੋਲੀ ਜਾਂਦਾ, ਅਜੇ ਵੀ ਸਾਨੂੰ ਧਮਕਾਉਂਦਾ, ਅਜੇ ਵੀ ਸਾਡੇ ਨਾਲ ਲੜਨ ਦੀਆਂ ਗੱਲਾਂ ਵੇਖੋ ਕਰਦਾ। ਸਾਡੇ ਘਰ ਵਿੱਚ ਆਣ ਕੇ ਦੱਸੋ ਵੀ ਬੈਠੇ ਲੰਕਾ ਵਾਸੀਓ, ਇਹਨੂੰ ਕਿੱਦਾਂ ਮਾਰੀਏ, ਕਿਹੜੀ ਇਹਨੂੰ ਮੌਤ ਦਈਏ। ਰਾਵਣ ਨੇ ਚਾਰ ਚੁਪੇਰੇ ਲੋਕ ਜਿਹੜੇ ਬੈਠੇ ਸੀ ਨਾ, ਕੁਝ ਹੋਰ ਵੀ ਲੰਕਾ ਦੇ ਲੋਕ ਉਹਨੂੰ ਵੇਖਣ ਵਾਸਤੇ ਹੀ ਆ ਗਏ ਵੀ ਬਾਂਦਰ ਫੜਿਆ, ਵਾਨਰ ਫੜਿਆ, ਕੈਦ ਕੀਤਾ, ਅਤੇ ਰਾਵਣ ਨੇ ਸਾਰਿਆਂ ਨੂੰ ਪੁੱਛਿਆ ਵੀ ਦੱਸੋ ਇਹਨੂੰ ਮਾਰਨਾ ਕਿੱਦਾਂ, ਹੁਣ ਇਹਨੂੰ ਮੌਤ ਕਿਹੜੀ ਦਈਏ। ਏਕ ਕੈ ਬੰਦ ਕੀ ਜੈ, ਏਕ ਕੈ ਦੀ ਜੈ ਬਿਖ ਜੀ ਜੈ, ਤਬ ਕਉ ਦੇਨੇ ਐਸੀ ਭਾਂਤ ਟਾਰੀਏ। ਇੱਕ ਆਖਣ ਲੱਗਾ ਇਹਨੂੰ ਕੈਦ ਕਰ ਦਿਉ, ਇਹਨੂੰ ਕਾਰਾਗਰ ਅੰਧੇਰੀ ਕੋਠਰੀ 'ਚ ਸੁੱਟ ਦਿਉ,
ਆਪੇ ਪਰ ਪੜਿਆ ਰਹੇਗਾ ਭੁੱਖਾ ਪਿਆਸਾ, ਮਰਦਾ ਰਹੇਗਾ ਪਿਆ ਹੋਇਆ, ਕੈਦ ਕਰ ਲਓ ਇਹਨੂੰ। ਦੂਜਾ ਕਹਿਣ ਲੱਗਾ, ਇੱਦਾਂ ਕਰੋ ਇਹਨੂੰ ਜ਼ਹਿਰ ਦੇ ਦਿਓ, ਵਿਖ ਇਹਨੂੰ ਦੇ ਦਿਓ ਅਤੇ ਹੌਲੀ ਹੌਲੀ ਕਰਕੇ ਇਹਦੀ ਜਾਨ ਨਿਕਲੇਗੀ, ਤੜਪ ਤੜਪ ਕੇ ਮਰੇਗਾ ਅਤੇ ਇਹਨੂੰ ਪਤਾ ਲੱਗੇਗਾ ਵੀ ਲੰਕਾ ਵਿੱਚ ਪੈਰ ਕਿੱਦਾਂ ਪਾਈਦਾ। ਜਦੋਂ ਇਹ ਸਲਾਹਾਂ ਉਹਨਾਂ ਕੀਤੀਆਂ ਨਾ ਅਤੇ ਹਨੂੰਮਾਨ ਅੱਗੋਂ ਕਹਿਣ ਲੱਗਾ, ਉਹ ਮੈਂ ਜ਼ਹਿਰ ਦਿੱਤਿਆਂ ਨਹੀਂ ਮਰਨ ਵਾਲਾ, ਮੈਂ ਜ਼ਹਿਰ ਬੜੀ ਵਾਰੇ ਖਾਧੇ ਪੀਤੇ ਆ, ਮੈਂ ਨਹੀਂ ਜ਼ਹਿਰ ਨਾ ਮਰਨਾ, ਮੈਨੂੰ ਕੈਦ ਵੀ ਕਰ ਲਓਗੇ ਮੈਂ ਤਾਂ ਵੀ ਨਹੀਂ ਮਰਨਾ, ਪਵਨ ਪੁੱਤਰ ਆ, ਮੈਂ ਨਿਕਲ ਜਾਣਾ, ਕੈਦ ਨਹੀਂ ਤੁਹਾਡੇ ਕੋਲੋਂ ਮੈਂ ਹੋਣਾ। ਅਤੇ ਜੇ ਮੇਰੀ ਗੱਲ ਮੰਨੋ ਨਾ, ਹਨੂੰਮਾਨ ਕਹਿੰਦਾ, ਬੋਲਿਓ ਹਨੂੰਮਾਨ ਤੋਂ ਐਸੋ ਨਾ ਮਰੋ ਰੇ, ਜੈਸੇ ਤੁਮੋ ਕਹਤ ਮੇਰੋ ਬਚਨ ਵਿਚਾਰੀਏ। ਜਿੱਦਾਂ ਤੁਸੀਂ ਸਲਾਹਾਂ ਕਰਦੇ ਜੇ ਮੈਂ ਨਹੀਂ ਇੱਦਾਂ ਮਰਨਾ, ਅਤੇ ਮੇਰੀ ਗੱਲ ਮੰਨੋ, ਮੈਂ ਵੀ ਨਹੀਂ ਜੀਣਾ ਚਾਹੁੰਦਾ, ਮੇਰਾ ਵੀ ਦਿਲ ਕਰਦਾ ਕਿ ਮੇਰੀ ਹੁਣ ਬੇਇੱਜ਼ਤੀ ਹੋ ਗਈ ਹੈ, ਤੁਸੀਂ ਕੈਦ ਕਰ ਲਿਆ, ਤੁਸੀਂ ਫੜ ਲਿਆ, ਅਤੇ ਮੇਰਾ ਵੀ ਜੀਣ ਨੂੰ ਹੁਣ ਜੀ ਨਹੀਂ ਕਰਦਾ, ਮੇਰਾ ਜੀ ਕਰਦਾ ਮੈਂ ਮਾਰੀ ਜਾਵਾਂ ਅਤੇ ਚੰਗਾ। ਪਤ ਹੀ ਗਸੋ ਗਈ ਅਬੂ ਮਰਿਓ ਚਾਹਤ ਹੋ, ਤੂਲ ਤੇਲ ਸੋ ਲਪੇਟ ਦੇਹ ਮੇਰੀ ਜਾਰੀਏ। ਇੱਦਾਂ ਕਰੋ, ਰੂੰ ਲੈ ਕੇ ਆਓ, ਰੂੰ ਦੇ ਵਿੱਚ ਮੈਨੂੰ ਲਪੇਟ ਕੇ ਤੇਲ ਪਾ ਕੇ ਅੱਗ ਲਾ ਦਿਓ, ਮੈਂ ਸੜ ਕੇ ਮਰ ਜਾਂ, ਮੇਰੀ ਬੇਇੱਜ਼ਤੀ ਹੋ ਗਈ ਹੈ, ਮੈਂ ਕੀ ਮੂੰਹ ਜਾ ਕੇ ਵਿਖਾਵਾਂਗਾ, ਅਤੇ ਤੁਸੀਂ ਮੈਨੂੰ ਸਾੜ ਕੇ ਮਾਰ ਦਿਓ ਅਤੇ ਮੈਂ ਮਰ ਜਾਂਗਾ। ਉਹਨਾਂ ਆਖਿਆ, ਗੱਲ ਤਾਂ ਇਹਨੇ ਸਹੀ ਕਹੀ ਹੈ, ਇਹਨੂੰ ਰੂੰ 'ਚ ਹੀ ਲਪੇਟ ਕੇ ਅੱਗ ਲਾ ਕੇ ਮਾਰ ਦਿੰਦੇ ਹਾਂ। ਇਹ ਕਹਿੰਦਾ, ਮੈਂ ਪਕੜਿਆ ਨਹੀਂ ਜਾਂਦਾ, ਮੈਂ ਪਵਨ ਪੁੱਤਰ ਉੱਡ ਜਾਂਗਾ, ਜਿਹੜਾ ਸਮੁੰਦਰ ਨੂੰ ਟੱਪ ਆਇਆ ਵਾ, ਇੱਥੋਂ ਤੱਕ ਪਹੁੰਚ ਗਿਆ, ਉਹ ਵਾਕਿਆ ਹੀ ਕੈਦ ਵਿੱਚੋਂ ਵੀ ਛੁੱਟ ਸਕਦਾ। ਚਲੋ ਲਿਆਓ ਰੂੰ, ਲਿਆਓ ਤੇਲ ਜਿੰਨਾ ਹੈਗਾ, ਇਹਨੂੰ ਬੰਨੀਏ ਲਪੇਟੀਏ ਅਤੇ ਅੱਗ ਲਾ ਦੇਣੇ। ਔਰ ਪਾਤ ਕੇਹੂੰ ਜਬ ਮਾਰਿਓ ਨਾ ਮਰਤ, ਤਬ ਤੈਸੇ ਹੀ ਬਚਾਰਿਓ ਜੈਸੇ ਹਨੂੰਮਾਨ ਕਹਿਓ ਹੈ। ਤੂਲ ਸਨ ਤੇਲ ਸੋ ਤੋ ਲਿਆਏ ਮੇਲ ਕ੍ਰਿਤ, ਬਾਕੀ ਖਾਸਗੀ ਫੁਲੇਲ ਪਟ ਅਨਿਉ ਜੈ ਰਹਿਓ ਹੈ। ਲੈ ਕੇ ਆਏ ਰੂੰ, ਉਹ ਕਹਿੰਦਾ ਪਹਿਲਾਂ ਪੂਛ ਨੂੰ ਲਪੇਟੋ, ਬਾਕੀ ਫੇਰ ਲਪੇਟਿਓ ਮੇਰੇ ਆਲੇ ਦੁਆਲੇ, ਪਹਿਲਾਂ ਪੂਛ ਨੂੰ ਲਪੇਟ ਲਓ। ਜਦੋਂ ਪੂਛ ਨੂੰ ਰੂੰ ਰੱਖ ਕੇ ਰੱਸੀਆਂ ਲਪੇਟਣ ਲੱਗੇ, ਤੇਲ ਪਾਉਣ ਲੱਗੇ, ਕਹਿੰਦੇ ਉਹਨੇ ਪੂਛ ਆਪਣੀ ਵਧਾਉਣੀ, ਲੰਮੀ ਕਰਨੀ ਸ਼ੁਰੂ ਕਰ ਦਿੱਤੀ। ਇੰਨੀ ਕੁ ਲੰਮੀ ਕਰੀ ਗਿਆ ਵੀ ਲੰਕਾ ਦੇ ਵਿੱਚੋਂ ਤੇਲ ਮੁੱਕ ਗਿਆ। ਜਦੋਂ ਤੇਲ ਮੁੱਕਿਆ ਤਾਂ ਫਿਰ ਉਹ ਘਿਓ ਲਿਆਉਣਾ ਸ਼ੁਰੂ ਕਰਤਾ ਵੀ ਚਲੋ ਘਿਓ ਲਿਆਓ ਜਿੰਨਾ ਕੁ ਹੈਗਾ। ਉਹ ਘਿਓ ਲਈ ਆਏ ਅਤੇ ਘਿਓ ਵੀ ਮੁੱਕ ਗਿਆ, ਫੁਲੇਲ ਲੈ ਕੇ ਆਏ ਉਹ ਮੁੱਕ ਗਿਆ, ਰੂੰ ਮੁੱਕ ਗਿਆ, ਰੇਸ਼ਮੀ ਕੱਪੜੇ ਕਹਿੰਦੇ ਲੈ ਆਓ ਉਹ ਲਪੇਟ ਦੀਏ, ਉਹਨਾਂ ਨੂੰ ਵੀ ਅੱਗ ਬੜੀ ਛੇਤੀ ਲੱਗਦੀ ਹੈ। ਰੇਸ਼ਮੀ ਕੱਪੜੇ ਵੀ ਲਿਆ ਲਿਆ ਕੇ ਲਪੇਟ ਦਿੱਤੇ, ਘਿਓ ਪਾਇਆ, ਤੇਲ ਪਾਇਆ। ਜਦੋਂ ਹਨੂੰਮਾਨ ਨੂੰ ਪਤਾ ਲੱਗ ਗਿਆ ਵੀ ਇਹਨਾਂ ਕੋਲੋਂ ਰੂੰ ਵੀ ਮੁੱਕ ਗਿਆ,
ਫਲੇਲ ਵੀ ਮੁੱਕ ਗਿਆ, ਤੇਲ ਵੀ ਮੁੱਕ ਗਿਆ, ਘਿਓ ਵੀ ਇਹਨਾਂ ਪਾ ਦਿੱਤਾ, ਰੇਸ਼ਮੀ ਕੱਪੜੇ ਵੀ ਲਪੇਟ ਲੈ ਨੇ ਸਾਰੇ। ਦੇਖੋ ਕਵੀ ਰਾਮ ਕਸ਼ ਭਾਵੀ ਸੌ ਚਲਤ ਨਾਹੇ, ਜਾਂ ਤੇ ਕਰ ਜਰੈਨੋ ਸੋਈ ਬਿਉਂਤ ਗਇਓ ਹੈ। ਕਵੀ ਹਿਰਦਿਆ ਰਾਮ ਇੱਥੇ ਆਪਣੀ ਗੱਲ ਕਰਦੇ ਨੇ, ਕਹਿੰਦੇ ਵੇਖੋ ਰੱਬ ਦੀ ਭਾਵੀ ਨੂੰ ਕੌਣ ਸਮਝ ਸਕਦਾ, ਰੱਬ ਦੀਆਂ ਕੀਤੀਆਂ ਨੂੰ ਕਿਹੜਾ ਬਦਲ ਸਕਦਾ ਹੈ। ਜਿਹੜੀ ਚੀਜ਼ ਨਾਲ ਘਰ ਸੜਨਾ ਸੀ ਨਾ, ਜਿਹੜੀ ਚੀਜ਼ ਨਾਲ ਲੰਕਾ ਬਰਬਾਦ ਹੋਣੀ ਸੀ, ਅਜੇ ਤੇ ਕੱਲਾ ਉਹਨੇ ਬਾਗ ਹੀ ਪੁੱਟਿਆ ਸੀ ਤੇ ਹੁਣ ਇਹਨਾਂ ਨੇ ਆਪਣੀ ਲੰਕਾ ਨੂੰ ਸਾੜਨ ਦਾ ਵੀ ਪ੍ਰਬੰਧ ਆਪਣੇ ਹੱਥਾਂ ਨਾਲ ਕਰ ਲਿਆ, ਆਪ ਕਰ ਲਿਆ। ਪੌਣ ਪੂਤ ਤੋ ਜੋ ਕਹੈ ਰਾਮ ਪਰਹੂਤ ਮੇਰੋ, ਦੂਤ ਸੋਈ ਕਪੀ ਜਿਨ ਜਾਏ ਲੰਕ ਦਇਓ ਹੈ। ਇੱਕ ਤੇ ਮੈਨੂੰ ਪਵਨ ਪੁੱਤਰ ਆਖਦੇ, ਹਨੂੰਮਾਨ ਕਹਿੰਦਾ ਪਵਨ ਦੇਵਤਾ ਦਾ ਮੈਂ ਪੁੱਤਰ ਆ। ਦੂਜਾ ਰਾਮ ਪਰਹੂਤ, ਭਗਵਾਨ ਰਾਮ ਇੰਦਰ ਦੇ ਸਮਾਨ, ਇੰਦਰ ਬੱਦਲਾਂ ਦਾ ਦੇਵਤਾ ਤੇ ਭਗਵਾਨ ਰਾਮ ਇੰਦਰ ਉਹ ਮੇਰੇ ਨਾਲ ਨੇ, ਤੇ ਪਾਣੀ ਨੂੰ ਅੱਗ ਕਿੱਥੇ ਲੱਗਦੀ ਹੈ। ਇੱਕ ਮੈਂ ਪਵਨ ਪੁੱਤਰ ਹਾਂ, ਦੂਜਾ ਭਗਵਾਨ ਰਾਮ ਇੰਦਰ ਦਾ ਰੂਪ ਪਾਣੀ ਦਾ ਜਲ ਦਾ ਉਹ ਮੇਰੇ ਨਾਲ ਮੇਰੀ ਸਹਾਇਤਾ ਕਰਨ ਵਾਲੇ ਨੇ। ਦੂਤ ਸੋਈ ਕਪੀ ਤਿੰਨ ਜਾਏ ਲੰਕ ਦਇਓ ਹੈ, ਤੇ ਪਤਾ ਲੱਗ ਜਾਏਗਾ ਹੁਣ ਦੁਨੀਆਂ ਦੇ ਉੱਤੇ ਵੀ ਰਾਮ ਦਾ ਕੋਈ ਦੂਤ ਆਇਆ ਸੀ, ਰਾਮ ਦਾ ਭੇਜਿਆ ਬੰਦਾ ਆਇਆ ਸੀ ਤੇ ਕਿੱਦਾਂ ਲੰਕਾ ਨੂੰ ਸਾੜ ਕੇ ਤਬਾਹੋ ਬਰਬਾਦ ਕਰਕੇ ਗਿਆ, ਕਿੱਦਾਂ ਇਹਨਾਂ ਨੂੰ ਦਿਨ ਵਿੱਚ ਹੀ ਤਾਰੇ ਵਿਖਾ ਕੇ ਗਿਆ। ਇਸ ਗੱਲ ਦਾ ਉਹ ਕਹਿੰਦਾ ਪਤਾ ਇੱਕ ਵਾਰ ਹੁਣ ਸਾਰੇ ਲੱਗ ਜਾਏਗਾ। ਬ੍ਰਹਮ ਫਾਂਸ ਸ਼ੋਰ ਦੀਨੀ ਆਗੇ ਕੱਪ ਗਇਓ ਭਾਗ, ਆਪ ਫੂਕ ਲੀਨੀ ਕਯੋ ਰਾਵਣ ਗਵਾਰ ਕੋ। ਖੋਲ ਦਿੱਤੀ ਬ੍ਰਹਮ ਫਾਂਸ ਜਿਹੜਾ ਕੈਦ ਕੀਤਾ ਸੀ, ਕਹਿੰਦੇ ਛੱਡ ਦੋ ਹੁਣ ਅੱਗ ਤੇ ਲਾਜ ਦੇਣ ਲੱਗੇ ਆ। ਅੰਦਰ ਹੀ ਅੱਗ ਲਾ ਲਈ ਜਿੱਥੇ ਬੈਠੇ ਸਨ, ਕਹਿੰਦੇ ਰਾਵਣ ਗਵਾਰ ਨੂੰ ਹੁਣ ਕੌਣ ਸਮਝਾਏ, ਆਪਣੇ ਹੱਥਾਂ ਨਾਲ ਆਪਣੀ ਲੰਕਾ ਨੂੰ ਫੂਕਣ ਲੱਗਾ, ਸਾੜਨ ਲੱਗਾ। ਜੈਸੇ ਇੰਦਰ ਬਰਨ ਕਬੇਰ ਜਮ ਜੀਤਿਓ, ਤੈਸੇ ਮੋਹ ਜੀਤਿਓ ਚਾਹਤ ਹੈ ਰੁਦਰ ਅਵਤਾਰ ਕੋ। ਜਿੱਦਾਂ ਇਹਨੇ ਇੰਦਰ ਨੂੰ ਜਿੱਤ ਲਿਆ, ਜਿੱਦਾਂ ਇਹਨੇ ਬਰਨ ਨੂੰ ਜਿੱਤ ਲਿਆ, ਜੈਸੇ ਜਿੱਦਾਂ ਇਹਨੇ ਕਬੇਰ ਨੂੰ ਜਿੱਤ ਲਿਆ, ਜਮ ਨੂੰ ਜਿੱਤ ਲਿਆ, ਹਨੂੰਮਾਨ ਕਹਿੰਦਾ ਮੈਨੂੰ ਸ਼ਿਵਜੀ ਦੇ ਅਵਤਾਰ ਨੂੰ ਵੀ ਉੱਦਾਂ ਹੀ ਇਹ ਮੂਰਖ ਜਿੱਤਣਾ ਚਾਹੁੰਦਾ, ਇਹਨੂੰ ਪਤਾ ਨਹੀਂ ਵੀ ਮੈਂ ਕੌਣ ਆ, ਕਿਸ ਦੀ ਅੰਸ਼ ਆ। ਬਾਗ ਤੋਰਿਓ ਤੇਰੋ ਪੂਤ ਮਾਰਿਓ, ਬੁੱਧੀ ਦੇਖੀ ਤੇਰੀ ਰਾਮ ਕੈਸੇ ਜੀਤ ਗਏ ਨਾ ਜੀਤਿਓ ਪ੍ਰਤੀਹਾਰ ਕੋ। ਹਨੂੰਮਾਨ ਨਾਲੇ ਉਹਨੂੰ ਲੰਕਾ ਨੂੰ ਸਾੜਨ ਲੱਗਾ ਤੇ ਨਾਲੇ ਰਾਵਣ ਨੂੰ ਕਹਿੰਦਾ ਉਹ ਤੇਰਾ ਮੈਂ ਬਾਗ ਉਜਾੜ ਦਿੱਤਾ ਪਹਿਲੇ ਨੰਬਰ 'ਤੇ, ਬਾਗ ਤੋਰਿਓ ਤੇਰੋ, ਦੂਜਾ ਮੈਂ ਤੇਰੇ ਪੁੱਤਰ ਨੂੰ ਜਿਹੜਾ ਬਾਗ ਦੀ ਰਾਖੀ ਕਰਦਾ ਸੀ ਉਹਨੂੰ ਮਾਰ ਦਿੱਤਾ।
ਤੇ ਤੀਜਾ ਹੁਣ ਮੈਂ ਤੇਰੀ ਬੁੱਧੀ ਵੀ ਵੇਖ ਲਈ ਵੀ ਤੇਰੀ ਬੁੱਧੀ ਕਿੰਨੀ ਕੁ ਕੰਮ ਕਰਦੀ ਹੈ, ਤੂੰ ਕਿਹੜਾ ਕੰਮ ਕੀਤਾ। ਓਏ ਜਦੋਂ ਤੂੰ ਭਗਵਾਨ ਰਾਮ ਦੇ ਇੱਕ ਦੂਤ ਨੂੰ ਨਹੀਂ ਪਕੜ ਸਕਿਆ, ਜਿੱਤ ਸਕਿਆ, ਤੇ ਭਗਵਾਨ ਰਾਮ ਦੇ ਅੱਗੇ ਤੇਰੀ ਕੀ ਹੈਸੀਅਤ ਹੈ, ਉਹਨਾਂ ਦੇ ਅੱਗੇ ਕੀ ਜ਼ੋਰ ਤਾਕਤ ਅਜਮਾਏਗਾ। ਜਦੋਂ ਮੇਰਾ ਮੁਕਾਬਲਾ ਨਹੀਂ ਕਰ ਸਕਿਆ, ਤੂੰ ਮੇਰੀ ਸਿਆਣਪ ਨੂੰ, ਚਤੁਰਤਾ ਚਲਾਕੀ ਨੂੰ, ਵਲ ਛਲ ਨੂੰ ਨਹੀਂ ਸਮਝ ਸਕਿਆ, ਤੂੰ ਭਗਵਾਨ ਰਾਮ ਨੂੰ ਕੀ ਜਾਣੇਗਾ, ਕੀ ਉਹਨਾਂ ਨਾਲ ਜੰਗ ਕਰੇਗਾ, ਯੁੱਧ ਕਰੇਗਾ, ਕਿਵੇਂ ਜਿੱਤੇਗਾ। ਮੈਂ ਤੇਰੀ ਬੁੱਧੀ, ਚਾਤੁਰਤਾ, ਤਾਕਤ ਸਭ ਕੁਝ ਅੱਜ ਵੇਖ ਲਈ। ਹਨੂੰਮਾਨ ਕਹਿੰਦਾ, ਦੇਖੋ ਅਬ ਰੰਕ ਲੰਕ ਜਾਰਤ ਨਿਸੰਗ ਤੇਰੀ, ਤਉ ਨਾ ਬੁਝੇਗੀ ਜੋ ਲੋ ਆਏ ਹੋ ਕੁਪਾਰ ਕੋ। ਕਹਿੰਦਾ ਹੁਣ ਮੈਂ ਤੇਰੀ ਲੰਕਾ ਸਾੜਨ ਲੱਗਾ। ਦੇਖੋ ਅਬ ਰੰਕ, ਓਏ ਰੰਕ, ਓਏ ਕੰਗਾਲ, ਬੁੱਧੀ ਦੇ ਕੰਗਾਲ ਰਾਵਣ, ਤੇਰੀ ਲੰਕਾ ਨੂੰ ਮੈਂ ਸਾੜਨ ਲੱਗਾ। ਜਿਹੜੀ ਮੇਰੀ ਲਾਈ ਅੱਗ ਆ ਨਾ, ਭਾਵੇਂ ਆਪ ਸਮੁੰਦਰ ਵੀ ਬੁਝਾਉਣ ਵਾਸਤੇ ਆ ਜਾਏ, ਇਹ ਨਹੀਂ ਹੁਣ ਬੁਝੇਗੀ, ਇਹ ਨਹੀਂ ਕਹਿੰਦਾ ਮਿਟਣ ਵਾਲੀ, ਬੁਝਣ ਵਾਲੀ। ਐਸੀ ਰਿਸ ਆਵਤ ਹੈ ਤੋਹੀ ਕੋ ਜਰਾਏ ਜਾਊ, ਜਾਨ ਕੀ ਲੈ ਜਾਊ ਅਬ ਜੈ ਹੌਂਸ ਰਹੀ ਹੈ। ਇੱਕ ਤੇ ਮੇਰਾ ਜੀ ਕਰਦਾ ਵੀ ਪੂਛ ਵਿੱਚ ਪਹਿਲਾਂ ਤੈਨੂੰ ਹੀ ਲਪੇਟਾਂ, ਪਹਿਲਾਂ ਮੈਂ ਤੈਨੂੰ ਹੀ ਸਾੜਦਾ, ਤੇ ਤੈਨੂੰ ਸਾੜ ਕੇ ਮੁਕਾ ਕੇ ਤੇ ਸੀਤਾ ਨੂੰ ਲੈ ਜਾਂ, ਮੇਰਾ ਜੀ ਤੇ ਇੱਦਾਂ ਕਰਦਾ। ਪਰ ਮੈਂ ਕੀ ਕਰਾਂ, ਕਹਾ ਕਰੋ ਰਾਮ ਚੰਦ ਅੰਗਦ ਸੁਗਰੀਵ ਜਾਮਵੰਤ ਨਾਲ ਨੀਲ ਜੋਰੇ ਇੱਕ ਬਾਤ ਕਹੀ ਹੈ। ਜਦੋਂ ਮੈਂ ਆਉਣ ਲੱਗਾ ਸਨ ਲੰਕਾ ਨੂੰ, ਤੇ ਸਾਰਿਆਂ ਨੇ ਇਕੱਠਿਆਂ ਹੋ ਕੇ ਭਗਵਾਨ ਰਾਮ ਚੰਦਰ ਨੇ, ਸੁਗਰੀਵ ਨੇ, ਜਾਮਵੰਤ ਨੇ, ਨਾਲ ਨੀਲ ਨੇ ਮੈਨੂੰ ਇੱਕ ਗੱਲ ਆਖੀ ਸੀ, ਹਨੂੰਮਾਨ ਤੂੰ ਦੂਤ ਬਣ ਕੇ ਚੱਲਿਆ ਅਤੇ ਸੀਤਾ ਦਾ ਪਤਾ ਲੈ ਕੇ ਆਈ, ਖਬਰ ਲੈ ਕੇ ਆਈ। ਮੈਨੂੰ ਬਸ ਇੰਨੀ ਕੀ ਗੱਲ ਉਹਨਾਂ ਸਮਝਾਈ ਕਿ ਕੋਈ ਲੜਾਈ ਝਗੜਾ ਨਾ ਕਰੀ, ਕ੍ਰੋਧ ਨਾ ਕਰੀ। ਅੱਗੋਂ ਉਹਨਾਂ ਨੇ ਕੁਝ ਕਰਨ ਦਾ ਮੈਨੂੰ ਹੁਕਮ ਨਹੀਂ ਸੀ ਦਿੱਤਾ। ਸੀਤਾ ਸੋਦ ਲਿਆਏ ਜਾਏ ਰਾਵਣ ਪਚਾਰ ਮਾਰੋ, ਬੱਜਰ ਭੁਜ ਡੰਡ ਸੋ ਪਕਰ ਮਾਰੋ ਮਹੀ ਹੈ। ਮੈਨੂੰ ਬਸ ਉਹਨਾਂ ਸੀਤਾ ਦੀ ਖਬਰ ਲੈਣ ਹੀ ਭੇਜਿਆ, ਅਤੇ ਜੇ ਕਿਤੇ ਉਹਨਾਂ ਮੈਨੂੰ ਹੁਕਮ ਦਿੱਤਾ ਹੁੰਦਾ ਨਾ, ਤਾਂ ਮੈਂ ਤੈਨੂੰ ਹੁਣੇ ਹੀ ਬੱਜਰ, ਜਿੱਦਾਂ ਬੱਜਰ ਜਿਹੜਾ ਨਾ, ਬੱਜਰ ਇੱਕ ਦਦੀਚ ਰਿਸ਼ੀ ਹੋਇਆ, ਅਤੇ ਦਦੀਚ ਰਿਸ਼ੀ ਦੀਆਂ ਪਸਲੀਆਂ ਦਾ ਇੱਕ ਸ਼ਸਤਰ ਬਣਿਆ ਸੀ, ਰਾਵਣ ਉਹਨੇ ਇੰਦਰ ਨੇ ਬਣਾਇਆ ਸੀ ਰਾਕਸ਼ਸਾਂ ਦਾ ਨਾਸ ਕਰਨ ਵਾਸਤੇ, ਅਤੇ ਉਹ ਇੰਨਾ ਕੁ ਜ਼ਿਆਦਾ ਕਠੋਰ, ਇੰਨਾ ਕੁ ਜ਼ਿਆਦਾ ਮਜ਼ਬੂਤ ਸੀ ਕਿ ਪਹਾੜਾਂ ਨੂੰ, ਪੱਥਰਾਂ ਨੂੰ ਉਹ ਸ਼ਸਤਰ ਨੂੰ ਬਣਾਇਆ ਗਿਆ, ਬੜੀ ਮਿਹਨਤ ਨਾਲ ਚੂਰ ਚੂਰ ਕਰ ਦਿੰਦਾ। ਇਸ ਲਈ ਵਾਰ ਵਾਰ ਬੱਜਰ ਦਾ ਜ਼ਿਕਰ ਆਉਂਦਾ, ਉਹ ਸ਼ਸਤਰ ਦਾ ਜ਼ਿਕਰ ਆਉਂਦਾ। ਉਹ ਕਹਿਣ ਲੱਗਾ, ਤੈਨੂੰ ਮਾਰਨ ਵਾਸਤੇ ਤਾਂ ਮੈਂ ਹੀ ਬੱਜਰ ਦੇ ਸਮਾਨ ਕਾਫੀ ਸਾਂ, ਮੇਰੀਆਂ ਭੁਜ ਡੰਡ ਬਾਹਾਂ, ਮੇਰੇ ਡੌਲਿਆਂ ਵਿੱਚ ਹੀ ਇੰਨੀ ਤਾਕਤ ਹੈ ਕਿ ਤੈਨੂੰ ਮੈਂ ਚੂਰ ਚੂਰ ਕਰ ਸਿੱਟਦਾ। ਮੈਨੂੰ ਬਸ ਹੁਕਮ ਹੀ ਇੰਨਾ ਕਿਹਾ ਕਿ ਸੀਤਾ ਦੀ ਖਬਰ ਲੈ ਕੇ ਜਾਣੀ।
ਐਸੀ ਜੋ ਨਾ ਹੋਤੀ ਤੇਰੋ ਛਾੜ ਤੋ ਨਾ ਗੋਤੀ ਕੋਈ ਹੈ ਨਾ ਬਸ ਵਸ ਰਾਮ ਰਾਜ ਗਾਹ ਗਾਹੀ ਹੈ। ਜੇ ਕਿਤੇ ਗੱਲ ਨਾ ਹੁੰਦੀ ਮੈਨੂੰ ਉਹਨਾਂ ਬਚਨ ਵਿੱਚ ਨਾ ਬੱਧਾ ਹੁੰਦਾ ਜਾਂ ਮੈਨੂੰ ਹੁਕਮ ਹੁੰਦਾ ਸਤਿਗੁਰਾਂ ਦਾ ਮੈਂ ਤੇਰਾ ਕੋਈ ਗੋਤੀ ਨਾ ਛੱਡਦਾ ਤੇਰੀ ਗੱਲ ਛੱਡ ਤੇਰੇ ਪਰਿਵਾਰ ਦੀ ਛੱਡ ਤੇਰੀ ਸੈਨਾ ਦੀ ਛੱਡ ਜਿਹੜਾ ਤੇਰੀ ਗੋਤਰ ਦੇ ਨਾਲ ਤੇਰੀ ਜਾਤ ਦਾ ਬੰਦਾ ਵੀ ਕੋਈ ਹੁੰਦਾ ਮੈਂ ਉਹ ਵੀ ਨਾ ਛੱਡਦਾ ਸਭ ਨੂੰ ਮੁਕਾ ਜਾਂਦਾ ਸਾਰਿਆਂ ਦੀ ਅਲਖ ਮੈਂ ਮੇਟ ਛੱਡਦਾ ਬਸ ਮੈਂ ਹੁਕਮ ਦਾ ਇੱਕ ਬੱਝਾ ਹੋਇਆ ਹੈ ਨਾ ਬਸ ਵਾਸੋ ਰਾਮ ਰਾਜ ਗਾਹ ਗਾਹੀ ਹੈ। ਮੈਨੂੰ ਵਿਸ਼ਵਾਸ ਵੀ ਹੈਗਾ ਕਿ ਭਗਵਾਨ ਰਾਮ ਦੇ ਹੱਥੋਂ ਹੀ ਤੇਰਾ ਨਾਸ ਹੋਏਗਾ ਭਗਵਾਨ ਰਾਮ ਨੇ ਹੀ ਤੇਰਾ ਅੰਤ ਕਰਨਾ ਮੈਂ ਤਾਂ ਨਹੀਂ ਤੈਨੂੰ ਮਾਰਦਾ। ਰਾਮ ਬਲ ਪ੍ਰਥਮ ਗਣੇਸ਼ ਕੋ ਮਨਾਏ ਚੱਲਿਓ ਜਾਤ ਈ ਤੋਂ ਕਲਸ ਜਰਾਏ ਹਰੀ ਧਾਮ ਕੇ। ਇੱਦਾਂ ਆਖ ਕੇ ਮਾਰ ਕੇ ਕਿਲਕਾਰੀ ਭਗਵਾਨ ਰਾਮ ਦਾ ਲੈ ਕੇ ਨਾਮ ਗਣੇਸ਼ ਨੂੰ ਮਨਾ ਕੇ ਅਤੇ ਛਾਲ ਮਾਰ ਕੇ ਕਲਸ 'ਤੇ ਚੜ ਗਿਆ। ਸੋਨੇ ਦਾ ਕਲਸ ਸੀ ਗੁੰਬਦ ਅਤੇ ਇੱਦਾਂ ਕਹਿੰਦੇ ਉਹਨੇ ਸਾੜਨਾ ਇੱਕ ਬੰਨਿਓ ਸ਼ੁਰੂ ਕੀਤਾ ਜਿੰਨੇ ਲੱਗੇ ਸੀ ਵੱਖੋ ਵੱਖਰੇ ਤਰ੍ਹਾਂ ਦੇ ਸਜਾਵਟ ਦੇ ਕੱਪੜਿਆਂ ਨਾਲ ਰੇਸ਼ਮ ਦੇ ਕੱਪੜੇ ਵਿਛਾਉਣੇ ਸਭ ਨੂੰ ਜਿਹੜਾ ਹਨੂੰਮਾਨ ਸਾੜੀ ਜਾਂਦਾ ਸਵਾਹ ਕਰੀ ਜਾਂਦਾ ਹੈ। ਸਿੰਘ ਪੌਰ ਜਾਰੀ ਉੱਚੇ ਚੌਪ ਖਾਇ ਅਟਾਰੀ ਭਲੀ ਕਰੀ ਰਾਮ ਦੂਤ ਨੂੰ ਚਲਾਏ ਚਾਮ ਕੇ। ਪਹਿਲਾਂ ਗੁੰਬਦ ਨੂੰ ਜਲਾਇਆ ਤੋੜਿਆ ਸਾੜਿਆ ਕਲਸ ਸਾੜ ਦਿੱਤਾ ਫਿਰ ਸਿੰਘ ਪੌਰ ਦਰਵਾਜ਼ਾ ਡਿਉੜੀ ਦੇ ਵਿੱਚ ਚਲੇ ਗਿਆ ਉਹ ਸਾੜ ਦਿੱਤੀ ਫਿਰ ਚੌਖੰਡੀ ਉੱਚੀ ਅਟਾਰੀ ਨੂੰ ਸਾੜਿਆ। ਕਹਿੰਦੇ ਭਗਵਾਨ ਰਾਮ ਚੰਦਰ ਦੇ ਦੂਤ ਨੇ ਹਨੂੰਮਾਨ ਨੇ ਅੱਗ ਲਾ ਦਿੱਤੀ ਲੰਕਾ ਵਿੱਚ ਚਾਰ ਚੁਫੇਰੇ ਜਿਨ੍ਹਾਂ ਨੇ ਚੰਮ ਦੇ ਦਾਮ ਚਲਾਏ ਸੀ ਨਾ ਰਾਵਣ ਵਰਗਿਆਂ ਨੇ ਪਹਿਲੀ ਵਾਰ ਉਹਨਾਂ ਦੇ ਘਰ ਵਿੱਚ ਆਣ ਕੇ ਇਹ ਕੰਮ ਕਿਸੇ ਨੇ ਕੀਤਾ ਸੀ। ਰਾਵਣ ਨਿਹਾਰ ਰਹੋ ਸਭਾ ਮੈਂ ਪੁਕਾਰ ਕਯੋ ਬੜੇ ਦਿਨ ਮਿਲੇ ਨ ਇੱਕ ਦੂਤ ਰਾਮ ਕੇ। ਪੁਕਾਰ ਕੇ ਖਲੋ ਕੇ ਰਾਵਣ ਨੇ ਆਖਿਆ ਉਹ ਫੜੋ ਇਹਨੂੰ ਕੋਈ ਫੜ ਲਓ ਉਹ ਭੱਜਾ ਜਾਂਦਾ ਜੇ ਕਾਬੂ ਨਹੀਂ ਆਉਂਦਾ ਇਹ ਰਾਮ ਦੇ ਦੂਤ ਨੇ ਸਾਡੇ ਜਿਹੜੇ ਸੁੱਖਾਂ ਦੇ ਦਿਨ ਚੰਗੇ ਦਿਨ ਜਿਹੜੇ ਸੀ ਉਹ ਦੂਰ ਕਰ ਦਿੱਤੇ ਭਾਵ ਸਾਨੂੰ ਹੁਣ ਇਹਨੇ ਦੁੱਖਾਂ ਵਿੱਚ ਪਾ ਦਿੱਤਾ। ਇੱਕ ਰਾਮ ਦੇ ਦੂਤ ਨੇ ਇਹਨਾਂ ਸਾਨੂੰ ਪਰੇਸ਼ਾਨ ਕਰ ਦਿੱਤਾ। ਇੱਕ ਬੜੀ ਵੱਡੀ ਇੱਜ਼ਤ ਵੀ ਸੀ ਨਾ ਰਾਵਣ ਦੀ ਅਤੇ ਜਦੋਂ ਘਰ ਵਿੱਚ ਆਣ ਕੇ ਕੋਈ ਇਹ ਕੰਮ ਕਰ ਜਾ ਰਾਵਣ ਦੀ ਇੱਜ਼ਤ ਦਾ ਜਨਾਜ਼ਾ ਨਿਕਲ ਗਿਆ ਰਾਵਣ ਦੀ ਬੇਇੱਜ਼ਤੀ ਵੀ ਹੋ ਗਈ। ਹਨੂੰਮਾਨ ਇਹੋ ਹੀ ਕਰਨਾ ਚਾਹੁੰਦਾ ਸੀ ਕਿ ਮੈਂ ਇਹ ਘਰ ਦੱਸ ਕੇ ਜਾਵਾਂ ਕਿ ਤੇਰੀ ਲੰਕਾ 'ਚ ਆਇਆ ਲੋਕਾਂ ਨੂੰ ਪਤਾ ਲੱਗ ਜਾਏ ਤੇਰੇ ਮਨ ਦਾ ਭਰਮ ਨਿਕਲ ਜਾਏ ਤੇਰੇ ਮਨ ਦੇ ਵਹਿਮ ਦੂਰ ਹੋ ਜਾਣ ਕਿ ਤੈਨੂੰ ਵੀ ਕੋਈ ਟੱਕਰਨ ਵਾਲਾ ਤੇਰੇ ਨਾਲ ਵੀ ਦੋ ਹੱਥ ਕਰਨ ਵਾਲਾ ਕੋਈ ਆ ਗਿਆ ਵਾ।
ਪਾਇਨ ਹਜੂਰ ਤਿਨ ਸੂਰਨ ਕੋ ਸੂਰ ਗਣੈ ਜਾ ਕੇ ਪ੍ਰਤਿਹਾਰ ਕਪੀ ਏਤੇ ਬੜੇ ਕਾਮ ਕੇ। ਕਵੀ ਹਿਰਦਿਆ ਰਾਮ ਕਹਿੰਦੇ ਇਹੋ ਹੀ ਗੱਲ ਹੋਈ, ਉਹੋ ਹੀ ਗੱਲ ਹੋਈ। ਰਾਵਣ ਸਿਰ ਫੜ ਕੇ ਬਹਿ ਗਿਆ। ਉਹ ਕਹਿਣ ਲੱਗਾ ਓਏ ਰਾਮ ਦੇ ਚਰਨਾਂ ਵਿੱਚ ਰਹਿਣ ਵਾਲੇ ਯੋਧੇ ਕਿੱਡੇ ਕਿੱਡੇ ਹੋਣਗੇ, ਰਾਮ ਦੇ ਕੋਲ ਬਹਾਦਰ ਸੂਰਮੇ ਕਿੱਡੇ ਕਿੱਡੇ ਵੱਡੇ ਹੋਣਗੇ, ਉਹ ਆਪ ਕਿੱਡਾ ਕੁ ਯੋਧਾ ਬਹਾਦਰ ਹੋਵੇਗਾ ਜਿਹਦਾ ਇੱਕ ਦੂਤ ਪ੍ਰਤੀਹਾਰ ਕਪੀ ਵਾਨਰ ਹੀ ਇੰਨਾ ਬਲਸ਼ਾਲੀ ਤਾਕਤ ਵਾਲਾ, ਉਹਦੀ ਸੈਨਾ, ਉਹਦੇ ਬਹਾਦਰ, ਉਹਦੇ ਯੋਧੇ, ਉਹਨਾਂ ਦੀ ਫਿਰ ਕੀ ਗਿਣਤੀ ਹੋ ਸਕਦੀ ਹੈ। ਹਨੂੰਮਾਨ ਨੇ ਇੱਕ ਵਾਰ ਰਾਵਣ ਨੂੰ ਸੋਚਾਂ 'ਚ ਪਾ ਦਿੱਤਾ, ਇੱਕ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ। ਪਾਛੇ ਕਹਿਓ ਲੰਕਪਤੀ ਸੁਣੋ ਹਨੂੰਮਾਨ ਕਪੀ, ਰਾਮ ਚੰਦ ਹੀ ਕੋ ਏਕ ਤਹੀਂ ਲੋਨ ਖਾਇਓ ਹੈ। ਫੜਿਆ ਨਹੀਂ ਜਾਂਦਾ ਹਨੂੰਮਾਨ। ਇੱਥੇ ਦੋ ਕਵਿਤ ਲਿਖੇ ਨੇ ਰਾਵਣ ਦੇ ਵੱਲੋਂ, ਪਰ ਜੋਗੀ ਸ਼ਿਵ ਨਾਭ ਕਹਿੰਦੇ ਐਂ ਲੱਗਦਾ ਵੀ ਜਿਵੇਂ ਇਹਨਾਂ ਨੂੰ ਵੱਖਰਿਆਂ ਹੋਰ ਕਿਸੇ ਨੇ ਸ਼ੇਪਕ ਵਿੱਚ ਪਾਇਆ, ਕਥਾ ਨਾਲ ਜੁੜਦੇ ਨਹੀਂ ਇਸ ਲਈ ਉਹਨਾਂ ਛੱਡ ਦਿੱਤੇ। ਰਾਵਣ ਪਰੇਸ਼ਾਨ ਹੋ ਗਿਆ। ਇਹ ਬਿਦ ਰਾਵਣ ਲੰਕਪਤ ਮਨ ਰਹਿਓ ਮੁਰਜਾਏ, ਜਹਾਂ ਜਹਾਂ ਕਪ ਜਾਰਤ ਫਿਰੈ ਤਾਈ ਨਰਖ ਮਰ ਜਾਏ। ਇੱਦਾਂ ਕਹਿੰਦੇ ਹਨੂੰਮਾਨ ਸਾਰੀ ਲੰਕਾ ਵਿੱਚ ਅੰਦਰ ਬਾਹਰ ਤੁਰਦਾ ਫਿਰਦਾ। ਪੂਛ ਨੂੰ ਅੱਗ ਲੱਗੀ ਹੈ, ਭਾਂਬੜ ਮੱਚਦੇ ਨੇ, ਜਿੱਧਰ ਜਾਂਦਾ ਵਾ ਸਾੜੀ ਜਾਂਦਾ, ਅੱਗ ਲਾਈ ਜਾਂਦਾ। ਮੁਰਝਾ ਗਿਆ ਮਨ ਰਾਵਣ ਦਾ। ਜਹਾਂ ਜਹਾਂ ਕਪ ਪਤ ਜਾਰਤ ਫਿਰੈ, ਜਿੱਥੇ ਜਿੱਥੇ ਵੀ ਹਨੂੰਮਾਨ ਸਾੜਦਾ ਵਾਣਾ ਲੰਕਾ ਨੂੰ, ਵੇਖ ਵੇਖ ਕੇ ਰਾਵਣ ਦਾ ਮਨ ਹੁਣ ਮੁਰਝਾਈ ਜਾਂਦਾ, ਰਾਵਣ ਦਾ ਮਨ ਟੁੱਟਦਾ ਜਾਂਦਾ। ਪੁੰਛ ਪੁੰਛ ਪਰ ਜਾਰੇ ਤੇ ਬਿਰਾਜਮਾਨ ਹਨੂੰਮਾਨ, ਮਾਨੋ ਦੜਵਾਇਆ ਨਲ ਸਿੰਧ ਅਕੋਲਾਤ ਹੈ। ਹੁਣ ਕਵੀ ਹਿਰਦਿਆ ਰਾਮ ਨੇ ਦੱਸਿਆ ਵੀ ਜਿਹੜੀ ਅੱਗ ਲੱਗੀ ਆਉਣਾ ਹੈ ਉਹਦੀ ਪੂਛ ਨੂੰ, ਉਹ ਕਿੱਦਾਂ ਦੀ ਜਾਪਦੀ ਹੈ, ਉਹ ਕਿੱਦਾਂ ਦੀ ਲੱਗਦੀ ਹੈ। ਇਹ ਉਹਨੇ ਤਸ਼ਬੀਹਾਂ ਦੇ ਕੇ ਗੁਰਮੁਖੋਂ ਸਮਝਾਇਆ। ਪੁੰਛ ਤੇ ਪੂਛ ਨੂੰ ਜਿਹੜੀ ਇਹਦਾ ਐਂ ਲੱਗਦਾ ਮਾਨੋ ਬੜਵਾ ਅਗਨੀ ਸਮੁੰਦਰ ਦੇ ਵਿੱਚੋਂ ਕਾਲੀ ਦੇ ਨਾਲ ਨਿਕਲਦੀ ਹੋਵੇ। ਬੜਵਾ ਅਗਨ ਸਮੁੰਦਰ ਦੇ ਵਿੱਚ ਵੀ ਇੱਕ ਅੱਗ ਹੁੰਦੀ ਹੈ ਜਿਹਨੂੰ ਬੜਵਾ ਨਲ ਕਹਿੰਦੇ ਆ, ਬੜਵਾ ਅਗਨ ਕਹਿੰਦੇ ਨੇ। ਪੁੰਛ ਪਰ ਜਾਰੇ ਤੇ ਬਿਰਾਜਮਾਨ ਹਨੂੰਮਾਨ, ਮਾਨੋ ਦੜਵਾ ਅਨਲ ਸਿੰਧ ਅਕੁਲਾਤ ਹੈ। ਬੜੀ ਕਾਲੀ ਦੇ ਨਾਲ ਸਮੁੰਦਰ 'ਚੋਂ ਬੜਵਾ ਅਗਨ ਨਿਕਲਦੀ ਪਈ ਆ ਬਾਹਰ ਨੂੰ। ਕਿਦੋਂ ਮੇਘ ਸੰਗ ਕੋਟ ਬੀਜਰੀ ਕੇ ਪੁੰਜ ਕਿਦੋਂ, ਐਵੇਂ ਲੱਗਦਾ ਬੱਦਲਾਂ ਦੇ ਵਿੱਚੋਂ ਕਰੋੜਾਂ ਹੀ ਬਿਜਲੀਆਂ ਚਮਕ ਪਈਆਂ ਹੋਣ,
ਕਰੋੜਾਂ ਹੀ ਬਿਜਲੀਆਂ ਇੱਕੋ ਵਾਰ ਨਿਕਲ ਆਈਆਂ ਹੋਣ, ਐਦਾਂ ਅੱਗ ਜਿਹੜੀ ਆ ਉਹਦੀ ਪੂਛ ਦੀ ਇੱਦਾਂ ਜਾਪਦੀ ਪਈ ਹੈ। ਤੀਜੋ ਤੀਜੋ ਨੈਣ ਸੋ ਤਰਨੈਣ ਮੈਣ ਹੀ ਉਤਪਾਤ ਹੈ। ਐਵੇਂ ਲੱਗਦਾ ਹੈ ਜਿਵੇਂ ਕਾਮਦੇਵ ਨੂੰ ਸਾੜਨ ਵਾਸਤੇ ਸ਼ਿਵਜੀ ਨੇ ਤੀਜਾ ਨੇਤਰ ਖੋਲ੍ਹਿਆ ਅਤੇ ਉਹਦੇ 'ਚੋਂ ਅੱਗ ਨਿਕਲੀ ਅਤੇ ਕਾਮਦੇਵ ਦੇ ਅੰਗ ਸੜ ਗਏ, ਭਸਮ ਹੋ ਗਿਆ, ਸੁਭਾਅ ਹੋ ਗਿਆ। ਹਨੂੰਮਾਨ ਦੀ ਪੂਛ ਐਵੇਂ ਜਾਪਦੀ ਹੈ ਜਿਵੇਂ ਸ਼ਿਵਜੀ ਦੇ ਤੀਜੇ ਨੇਤਰ 'ਚੋਂ ਅੱਗ ਨਿਕਲਦੀ ਪਈ ਹੋਵੇ ਬੜੇ ਵੇਗ ਦੇ ਨਾਲ। ਕਿਦੋਂ ਹੈ ਮਗਰ ਨਵ ਮੰਡਲ ਸੋ ਡੋਲੇ, ਕਿਦੋਂ ਸੂਰਜ ਸੋ ਮਿਲਿਓ ਇੰਦਰ ਤਨਖ ਸੁਗਾਤ ਹੈ। ਐਦਾਂ ਲੱਗਦਾ ਕਿਤੇ ਸੁਮੇਰ ਪਰਬਤ ਅਤੇ ਤਾਰਾ ਮੰਡਲ, ਸੁਮੇਰ ਪਰਬਤ ਦੇ ਦੁਆਲੇ ਦੁਆਲੇ ਸਾਰੇ ਉੱਤਰ ਕੇ ਤਾਰਾ ਮੰਡਲ ਫਿਰਦੇ ਹੋਣ ਥੱਲੇ ਆਣ ਕੇ। ਕਿਦੋਂ ਹੇਮ ਗਿਰ ਨਭ ਮੰਡਲ ਸੁੰਡੋਲੇ, ਕਿਦੋਂ ਸੂਰਜ ਸੋ ਮਿਲਿਓ ਇੰਦਰ ਤਨਖ ਸੁਹਾਤ ਹੈ। ਐਦਾਂ ਲੱਗਦਾ ਜਿਵੇਂ ਸੂਰਜ ਦੇ ਨਾਲ ਮਿਲਿਆ ਹੋਇਆ ਇੰਦਰ ਦਾ ਤਨਖ ਸੋਭਾ ਪਾਉਂਦਾ ਹੈ। ਹਨੂੰਮਾਨ ਦੀ ਪੂਛ ਜਦੋਂ ਵਿੰਗੀ ਹੁੰਦੀ ਹੈ, ਅੱਗ ਲੱਗੀ ਏ, ਐਦਾਂ ਜਾਪਦਾ ਜਿਵੇਂ ਇੰਦਰ ਦਾ ਤਨਖ ਹੋਵੇ ਅਤੇ ਸੂਰਜ ਦੇ ਨਾਲ ਮਿਲਿਆ ਹੋਵੇ ਲਾਲ ਜਦੋਂ ਪੂਛ ਨੂੰ ਅੱਗ, ਇੱਦਾਂ ਜਾਪਦੀ। ਔਰ ਸ਼ਬੀ ਰਾਮ ਕਵੀ ਮਾਨੋ ਰਾਮ ਚੰਦ ਡਰ ਰਾਵਣ ਪ੍ਰਚੰਡ ਕੋ ਪ੍ਰਤਾਪ ਭਾਜਿਓ ਜਾਤ ਹੈ। ਕਵੀ ਹਿਰਦਿਆ ਰਾਮ ਜੀ ਕਹਿੰਦੇ ਨੇ, ਇੱਕ ਹੋਰ ਉਪਮਾ ਦਿੰਦੇ ਉਹਨਾਂ ਦੇ ਦਿਲ 'ਚ ਆਈ ਹੈ। ਉਹ ਕਹਿੰਦੇ ਐਵੇਂ ਲੱਗਦਾ ਜਿਵੇਂ ਰਾਮ ਚੰਦਰ ਤੋਂ ਡਰ ਕੇ, ਜਿਵੇਂ ਭਗਵਾਨ ਰਾਮ ਚੰਦਰ ਦੇ ਡਰ ਦੇ ਨਾਲ ਜਿਹੜਾ ਰਾਵਣ ਦਾ ਪ੍ਰਤਾਪ ਆ ਨਾ, ਉਹ ਭੱਜਾ ਜਾ ਰਿਹਾ, ਨੱਠਾ ਜਾ ਰਿਹਾ, ਦੌੜਦਾ ਜਾ ਰਿਹਾ। ਹਨੂੰਮਾਨ ਦੀ ਲੱਗੀ ਹੋਈ ਪੂਛ ਨੂੰ ਅੱਗ, ਐਦਾਂ ਜਾਪਦੀ ਏ, ਰਾਵਣ ਦਾ ਪ੍ਰਤਾਪ ਭੱਜ ਚੱਲਿਆ। ਰਾਵਣ ਦੀ ਜਿਹੜੀ ਜਿੰਨੀ ਵੀ ਸੋਭਾ ਵਡਿਆਈ ਸੀ ਨਾ, ਉਹ ਹੁਣ ਦੌੜ ਚੱਲੀ ਹੈ। ਛਾੜ ਛਾੜ ਸ਼ੋਰਨ ਭੋਰਨ ਸੌਜ ਡਾਰ ਛਪ ਜਲ ਜੋਰਨ ਹੁਤਸਨ ਕੇ ਤ੍ਰਾਸ ਤੇ। ਗੁਰਮੁਖ ਪਿਆਰਿਓ, ਬੜਾ ਵੱਡਾ ਇਤਿਹਾਸ ਹੈ, ਬੜਾ ਪੁਰਾਤਨ ਹੈ, ਯੁੱਗਾਂ ਪਰਯੰਤ ਚੱਲਦਾ ਆ ਰਿਹਾ। ਕਈ ਭਾਵ ਪ੍ਰਗਟ ਹੁੰਦੇ ਆ, ਕਈ ਪ੍ਰਕਾਰ ਦੀ ਸਿੱਖਿਆ ਮਿਲਦੀ ਹੈ। ਇੱਕ ਗੁਰਬਾਣੀ 'ਚ ਬਚਨ ਆਇਆ, ਇੱਕ ਸੱਸ ਨੂੰਹ ਨੂੰ ਸਮਝਾਉਂਦੀ ਹੈ, ਉਹਨੂੰ ਉਹ ਆਖਦੀ ਹੈ, ਦੇਖ ਧੀਏ ਉਤੰਗੀ ਪਿਓਹਰੀ ਗਹਿਰੀ ਗੰਭੀਰੀ, ਸਾਧਾਂ ਸੰਤਾਂ ਦੇ ਚਰਨਾਂ 'ਤੇ ਪੈ ਜਾ, ਝੁੱਕ ਜਾ, ਉੱਤਮ ਮੰਗਾਂ ਵਾਲੀਏ ਤੂੰ ਗਹਿਰੀ ਗੰਭੀਰੀ ਹੋ ਜਾਏਂਗੀ। ਅਤੇ ਉਹ ਅੱਗੋਂ ਜਵਾਬ ਦਿੰਦੀ ਹੈ, ਸਸੜ ਸੁਹੀਆ ਕਿਵ ਕਰੀ ਨਿਮਨ ਨ ਜਾਏ ਥਣੀ, ਮੇਰੀ ਜਵਾਨੀ ਹੈ ਅਤੇ ਮੈਨੂੰ ਮੇਰੀ ਜਵਾਨੀ ਹੀ ਝੁਕਣ ਨਹੀਂ ਦਿੰਦੀ। ਮਾਣ ਹੁੰਦਾ ਨਾ,
ਤੇ ਅੱਗੋਂ ਉੱਤਰ ਦਿੱਤਾ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਸੇਪੀ ਟਹਦੇ ਡਿੱਠ ਮੈਂ ਮੁੰਦੇ ਗਰਭ ਥਣੀ। ਬੜੇ ਬੜੇ ਵੱਡੇ ਰਾਵਣ ਵਰਗੇ ਜਿਨ੍ਹਾਂ ਨੂੰ ਦੇਵਤਿਆਂ ਦੇ ਸ਼ਿਵਜੀ ਮਹਾਰਾਜ ਦੇ ਵਰਾਂ ਦੇ ਗਾਚ ਲੱਗੇ ਹੋਏ ਹਨ, ਵੱਡੇ ਵੱਡੇ ਧੌਲ ਹਰ ਕਿਲੇ, ਉਹ ਵੀ ਮੈਂ ਢਹਿੰਦੇ ਵੇਖ ਲੈ, ਟੁੱਟਦੇ ਵੇਖ ਲੈ, ਫਨਾਹੋਂ ਬਰਬਾਦ ਹੁੰਦੇ ਵੇਖ ਲੈ। ਕਦੇ ਕਿਸੇ ਗੱਲ ਦਾ ਹੰਕਾਰ ਨਾ ਕਰੀਏ, ਕਦੇ ਕਿਸੇ ਗੱਲ ਦਾ ਬੇਟਾ ਮਾਨ ਨਾ ਕਰੀਏ। ਵੱਡੇ ਵੱਡੇ ਦੇਵਤਿਆਂ ਦੇ ਜਿਨ੍ਹਾਂ ਨੂੰ ਵਰ ਸਨ, ਵਰਾਂ ਦੇ ਗਾਚ ਲੱਗੇ ਸਨ, ਉਹ ਵੀ ਮਿੱਟ ਗਏ, ਬਰਬਾਦ ਹੋ ਗਏ। ਗੁਰਮੁਖ ਪਿਆਰਿਓ, ਗੁਣ ਬੰਦੇ ਦੇ ਨਾਲ ਜਾਂਦੇ ਨੇ, ਔਗਣ ਜਿਹੜੇ ਆ ਰੱਬ ਤੋਂ ਦੂਰ ਕਰਦੇ ਆ, ਅਤੇ ਗੁਣ ਗੁਰੂ ਦੇ ਲਾਗੇ ਕਰ ਦਿੰਦੇ ਆ। ਲੰਕਾ ਦਾ ਕਿਲਾ, ਸੋਨੇ ਦਾ ਕਿਲਾ, ਇਹ ਦੌਲਤ ਸਰੀਰ ਨਾਲ ਜੁੜੀ ਬਿਭੂਤੀ ਇੱਥੇ ਰਹਿ ਗਈ, ਪਰ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਸਿਮਰਨ ਕੀਤਾ, ਜਿਨ੍ਹਾਂ ਸ਼ੁਭ ਗੁਣਾਂ ਦੀ ਦੌਲਤ ਇਕੱਤਰ ਕੀਤੀ, ਉਹ ਭਾਗ ਠੱਡੇ ਹੋ ਗਏ, ਉਹ ਅਮੀਰ ਹੋ ਗਏ, ਉਹ ਦਰਗਾਹ ਵਿੱਚ ਉਹਨਾਂ ਨੂੰ ਮਾਣ ਸਨਮਾਨ ਮਿਲਿਆ, ਦੁਨੀਆਂ 'ਤੇ ਸੋਭਾ ਹੋਈ। ਪਰ ਜਦੋਂ ਰਾਵਣ ਦਾ ਜ਼ਿਕਰ ਕੀਤਾ ਭਗਤਾਂ ਨੇ, ਉਹਨਾਂ ਆਖਿਆ ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਕੀ ਲੈ ਕੇ